ਮਿਲਦੀ ਆ, ਜੁੜੋ। ਅਨਕਬਾਰ ਹੱਥ ਜੋੜੋ ਸਾਰੇ, ਸਿਰ ਨਵਾਈਏ ਸਾਹਿਬ ਅੱਗੇ, ਸਾਰੇ ਸਿਰ ਨਵਾ ਕੇ ਪੜ੍ਹੋ। ਡੰਡਾਉਤ ਬੰਦਨ ਅਨਕਬਾਰ, ਸਰਬ ਕਲਾ ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ ਨਾਨਕ ਕਰ ਹੱਥ, ਨਾਨਕ ਦੇ ਕਰ ਤੇਰੇ ਗੁਣ ਬਹੁਤੇ, ਮੈਂ ਇੱਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ, ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ, ਬੇਸ਼ੁਮਾਰ ਅਥਾਹ ਅਗਣਤ ਅਤੁਲੈ, ਜਿਉਂ ਬਲਾਵ ਹੋ ਤਿਉਂ ਨਾਨਕ ਦਾਸ ਬੁੱਲੈ, ਜਿਉਂ ਬਲਾਵ ਹੋ ਤਿਉਂ ਨਾਨਕ ਦਾਸ ਬੁੱਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਨਾਮ ਜਪਾਓ, ਆਪਣਾ ਨਾਮ ਜਪਾਓ, ਆਪਣਾ ਆਪਣਾ ਨਾਮ ਦੇਉ, ਆਪਣਾ ਨਾਮ ਦੇਉ, ਆਪਣਾ ਨਾਮ ਦੇਉ, ਆਪਣਾ ਨਾਮ ਮੋਹਿ ਪਰ
ਪਰਦੇਸਣ ਦੂਰ ਤੇ ਆਈ ਮੋਹੇ ਪਰਦੇਸਣ ਦੂਰ ਤੇ ਆਈ ਮੋਹੇ ਪਰ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਹੁਣੇ ਜਿਸ ਬੀਬਾ ਰਾਣੀ ਨੇ ਰੱਬ ਦਾ ਨਾਮ ਜਪਾਇਆ ਹੈ ਜਾਂ ਨਾਨਕ ਧੂਰ ਮੰਗੇ ਤਿਸ ਗੁਰਸਿੱਖ ਕੀ ਅੱਗੇ ਜੀ ਕਲਯੁੱਗ ਦਾ ਸਭ ਤੋਂ ਵੱਡਾ ਧਰਮ ਹੈ ਨਾਮ ਜਪਣਾ ਅਤੇ ਜਪਾਉਣਾ ਇਹ ਦੁਨੀਆ ਜਲ ਰਹੀ ਹੈ ਆਖੋ ਵਾਹਿਗੁਰੂ ਦੁਨੀਆ ਵੇਖਿਆ ਜੇ ਜਲ ਰਿਹਾ ਸੰਸਾਰ ਕਿੰਨੀ ਈਰਖਾ ਹੈ ਬੰਦੇ ਦੇ ਅੰਦਰ ਕਿੰਨੀ ਦਵੈਤ ਹੈ ਇੱਕ ਦੂਸਰੇ ਨੂੰ ਵੇਖ ਕੇ ਲੋਕ ਸੜਦੇ ਨੇ ਹੈਗੇ ਕਿ ਨਹੀਂ ਬੋਲੋ ਆਖੋ ਵਾਹਿਗੁਰੂ ਗੁੱਝੀ ਆ ਸ਼ਬਦ ਬੜਾ ਪਿਆਰਾ ਹੈ ਗੁੱਝੀ ਪਾਏ ਜਲੇ ਸੰਸਾਰਾ ਪਤਾ ਲੱਗਾ ਪਾਏ ਮਿੰਜ ਅੱਗ ਅੱਗ 'ਤੇ ਲੱਗੀ ਇਨਸਾਨ ਨੂੰ ਮਗਰ ਉੱਤੋਂ ਹੱਸੀ ਜਾਂਦਾ ਹੈ ਪੁੱਤ ਨੋਟ ਕਰ ਰਹੇ ਹੋ ਜੋ ਮੈਂ ਕਹਿ ਰਿਹਾ ਉੱਤੋਂ ਬੰਦਾ ਅਤੇ ਪਤਾ ਨਹੀਂ ਲੱਗਣ ਦਿੰਦਾ ਕਿਸੇ ਨੂੰ ਵੀ ਮੇਰੇ ਅੰਦਰ ਅੱਗ ਬਲ ਰਹੀ ਮੈਂ ਤੇਰੀ ਗੱਡੀ ਵੇਖ ਕੇ ਸੜ ਰਿਹਾ ਮੈਂ ਤੇਰਾ ਘਰ ਵੇਖ ਕੇ ਅਤੇ ਮੈਂ ਤੇਰੇ ਬੱਚੇ ਨੂੰ ਕਾਮਯਾਬ ਹੋਇਆ ਵੇਖ ਕੇ ਸੜ ਰਿਹਾ ਪਤਾ ਨਹੀਂ ਲੱਗਣ ਦਿੰਦਾ ਉੱਤੋਂ ਹੱਸੀ ਜਾਂਦਾ ਵਿੱਚੋਂ ਜਲੀ ਜਾਂਦਾ ਹੈ ਅਤੇ ਉਹ ਪਤਾ ਲੱਗਾ ਪੁੱਤ ਮੈਂ ਕੀ ਕਿਹਾ ਇਨਸਾਨ ਇੱਕ ਦੂਸਰੇ ਵੱਲ ਵੇਖ ਕੇ ਕਿਸੇ ਦਾ ਘਰ ਵੇਖ ਕੇ ਬੇਟਾ ਬਚਨ ਨਾ ਕਰੋ ਨਾ ਨਾ ਚੌਂਕੜੇ ਮਾਰੋ ਸੁਣੋ ਧਿਆਨ ਨਾਲ ਇੱਕ ਦੂਸਰੇ ਨੂੰ ਵੇਖ ਕੇ ਸੜੀ ਜਾਂਦਾ ਹੈ ਉੱਤੋਂ ਹੱਸੀ ਜਾਂਦਾ ਹੈ ਸਾਹਿਬ ਦੇ ਬਚਨ ਨੇ ਗੁੱਝੀ ਪਾਹੇ ਜਲੇ ਸੰਸਾਰਾ ਗੁੱਝੀ ਦੀ ਅੱਗ ਨਾਲ ਸੰਸਾਰ ਸੜੀ ਜਾਂਦਾ ਹੈ ਇਹੋ ਜਿਹੀਆਂ ਰੂਹਾਂ ਜਿਨ੍ਹਾਂ ਨੂੰ ਗੁਰੂ ਉਪਦੇਸ਼ ਦਿੰਦਾ ਹੈ ਆਖੋ ਵਾਹਿਗੁਰੂ ਹਾਂ ਬਲਹਾਰੀ ਤਿੰਨਾਂ ਗੁਰਸਿੱਖਾਂ ਗੁਰਸਿੱਖ ਦੇ ਗੁਰਸਿੱਖ ਮਿਲਾਇਆ ਗੁਰ ਪਤਾ ਲੱਗਾ ਨਹੀਂ ਗੁਰੂ ਦੀ ਸਿੱਖਿਆ ਦੇ ਕੇ ਕਿਸੇ ਨੂੰ ਵੀ ਨਾਮ ਜਪਣਾ ਚਾਹੀਦਾ ਅਤੇ ਉਹਨੂੰ ਵਿਛੜੇ ਹੋਏ ਨੂੰ ਰੱਬ ਨਾਲ ਮਿਲਾਉਣਾ ਮੈਂ ਵਾਰੇ ਵਾਰੇ ਜਾਂਦਾ ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਦੇ ਜਿਹੜੇ ਆਪ ਜਪਦੇ ਅਤੇ ਲੋਕਾਂ ਨੂੰ ਜਪਾਉਂਦੇ ਆ ਉਹਨਾਂ ਨੇ ਨਾਮ ਜਪਣ ਤੋਂ ਬਾਅਦ ਇੱਕ ਤੁਕ ਪੜ੍ਹ ਕੇ ਗਏ ਵੇਖਦਾ ਤੁਹਾਡੇ ਚੋਂ ਕਿਹਨੂੰ ਕਿਹਨੂੰ ਚੇਤੇ ਆ ਜਨ ਨਾਨਕ ਗੁਰ ਪੂਰਾ ਪਾਇਆ ਅਤੇ ਸਗਲੀ ਤਿਖਾ ਭਜੰਦੀ ਆ ਇਹ ਤੁਕ ਪੜ੍ਹ ਕੇ ਗਏ ਉਹਦੀ ਉਹਨਾਂ ਪਹਿਲੀ ਤੁਕ ਵੀ ਪੜ੍ਹੀ ਆ ਸੁਣ ਯਾਰ ਹਮਾਰੇ ਸੱਜਣ ਜੇ ਤੇ ਆਉਂਦੀ ਆ ਤਾਂ ਬੋਲੋ ਬੜਾ ਚੰਗਾ ਕੰਮ ਨਹੀਂ ਤਾਂ ਫਿਰ ਮੈਂ ਪੜ੍ਹ ਦੇਣਾ ਫਿਰ ਸੁਣ ਲਓ ਸੁਣ ਯਾਰ ਹਮਾਰੇ
ਕਰੋ ਬੇਨਤੀਆਂ। ਉਹ ਵੀ ਕਰੋ ਪੜ੍ਹ ਕੇ ਗਈ ਹੈ ਬੱਚੀ, ਪਾਠਕ ਕਰੂੰ ਕਰੂੰ ਕੱਕਾ ਰਾਰਾ ਉੜੇ ਨੂੰ ਔਂਕੜ ਕਰੂੰ। ਮੈਂ ਬੇਨਤੀ ਕਰਦੀ ਹਾਂ, ਅਖ ਵਾਹਿਗੁਰੂ ਇੱਕ ਕਰੂੰ, ਮੈਂ ਇੱਕ ਬੇਨਤੀ ਕਰਦੀ ਹਾਂ। ਯਾਰ ਤੂੰ ਤਾਂ ਬਹੁਤ ਵਾਰ ਸੁਣਿਆ ਹੈ ਇਸ ਗੱਲ 'ਤੇ, ਬੜੀ ਵਾਰ ਵਿਆਖਿਆ ਹੋਈ ਆ ਅਖ ਵਾਹਿਗੁਰੂ। ਇੱਥੇ ਯਾਰ ਕਿਹਨੂੰ ਕਿਹਾ ਹੈ? ਜੇ ਚੌਂਕੜਾ ਮਾਰ ਸਕਦੇ ਹੋ ਨਾ ਸੱਚੀ ਮੁੱਚੀ ਤਾਂ ਤੁਹਾਨੂੰ ਹੋਰ ਰਸ ਆਊਗਾ, ਅਤੇ ਜੇ ਤੁਸੀਂ ਇਸ ਤਰ੍ਹਾਂ ਬੈਠੋਗੇ ਨਾ ਤਾਂ ਹੋਰ ਰਸ ਆਊਗਾ। ਜੇ ਪਾਉਣਾ ਹੈ ਭਾਂਡੇ ਵਿੱਚ ਤਾਂ ਫਿਰ ਇਸ ਤਰ੍ਹਾਂ ਸਾਵਧਾਨ ਇਕਾਗਰ ਚੀਤ ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਕਿਤਨਾ ਭਾਂਡਾ ਤਾਂ ਭਾਈ ਸਾਹਮਣੇ ਕਰਨਾ ਪੈਣਾ, ਭਾਂਡਾ ਇੱਥੇ ਚਾਰ ਗੱਲਾਂ ਸਿਖਾਈਆਂ ਜਾਂਦੀਆਂ। ਅਖ ਵਾਹਿਗੁਰੂ, ਉੱਚੀ ਬੋਲੋ। ਉਹ ਕਾਲੀ ਪੱਗ ਵਾਲਾ ਮੇਰਾ ਪੁੱਤ, ਇੱਧਰ ਉੱਧਰ ਨਾ ਵੇਖੋ, ਇੱਧਰ ਵੇਖੋ। ਰਹਿਣੀ ਇੱਥੇ ਸਿਖਾਈ ਜਾਂਦੀ, ਬਹਿਣੀ ਇੱਥੇ ਸਿਖਾਈ ਜਾਂਦੀ, ਕਹਿਣੀ ਇੱਥੇ ਸਿਖਾਈ ਜਾਂਦੀ, ਅਤੇ ਸਹਿਣੀ ਇੱਥੇ ਸਿਖਾਈ ਜਾਂਦੀ। ਰਹਿਣੀ, ਬਹਿਣੀ, ਕਹਿਣੀ, ਸਹਿਣੀ, ਜਿਹੜਾ ਇੱਥੇ ਬਹਿਣਾ ਨਾ ਨਾ ਸਿੱਖਿਆ ਉਹ ਕਿਤੇ ਨਾ ਸਿੱਖਿਆ। ਅਖ ਵਾਹਿਗੁਰੂ। ਲੱਕ ਨੂੰ ਕੋਈ ਤਕਲੀਫ ਆ ਤਾਂ ਢੋਲ ਲਾਈ ਜਾ ਸਕਦੀ, ਸਰੀਰਕ ਕੋਈ ਮਜਬੂਰੀ ਆ ਤਾਂ ਢੋਲ ਲਾ ਕੇ ਬੈਠਿਆ ਜਾ ਸਕਦਾ ਹੈ, ਨਹੀਂ ਤਾਂ ਸਿੱਖਾ ਅਰਦਾਸ ਕਰ ਸਾਹਿਬਾ ਮੈਂ ਤੈਨੂੰ ਦਸਾਂ ਜਾਮਿਆਂ 'ਚ ਕਿਤੇ ਢੋਲ ਲਾਈ ਨਹੀਂ ਬੈਠਾ ਵੇਖਿਆ, ਦਸਾਂ ਜਾਮਿਆਂ 'ਚ ਮੈਂ ਤੈਨੂੰ ਕਿਤੇ, ਉੱਚੀ ਬੋਲਿਆ ਕਰੋ, ਮੈਂ ਦਸਾਂ ਜਾਮਿਆਂ 'ਚ ਤੈਨੂੰ ਇਤਰਾਂ ਬੈਠਾ ਨਹੀਂ ਵੇਖਿਆ। ਜਦੋਂ ਵੇਖਿਆ ਹੈ ਨੌ ਜਾਮੇ ਇਤਰਾਂ ਬੈਠਾ ਹੈ ਤੂੰ, ਅਤੇ ਦਸਵੇਂ 'ਚ ਤੂੰ ਵੀਰ ਆਸਣ ਬੈਠਾ ਹੈ। ਇਹ ਬਹਿਣੀ ਸਿਖਾਉਂਦਾ ਹੈ ਗੁਰੂ, ਬਹਿਣਾ ਕਿਸ ਤਰ੍ਹਾਂ ਹੈ, ਹਰ ਵੇਲੇ ਤਿਆਰ ਬਰ ਤਿਆਰ। ਆਖੋ ਵਾਹਿਗੁਰੂ। ਸਮਾਂ ਦੌੜ ਜਾਣਾ ਹੈ। ਉਹ ਬੇਨਤੀ ਬੱਚੀ ਪੜ੍ਹ ਕੇ ਗਈ ਵੀ ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨਤੀ ਆ। ਤੁਸੀਂ ਜਿੰਨੀਆਂ ਸੀਡੀਆਂ ਦੇ ਵਿੱਚੋਂ ਕਥਾ ਵਾਚਕਾਂ ਦੀਆਂ ਕਥਾ ਸੁਣੋਗੇ ਉਹਨਾਂ ਸਾਰਿਆਂ ਇਹਦਾ ਅਰਥ ਕੀਤਾ ਵੀ ਰੱਬ ਨੂੰ ਯਾਰ ਕਿਹਾ ਹੈ ਰੱਬ ਨੂੰ। ਆਖੋ ਵਾਹਿਗੁਰੂ। ਟੋਪ ਕਲਾਸ ਕਥਾ ਵਾਚਕਾਂ ਦੇ ਵੀ ਇਹ ਬਚਨ ਆ ਵੀ ਇੱਥੇ ਜੀਵ ਆਤਮਾ ਨੇ ਰੱਬ ਨੂੰ ਯਾਰ ਕਹਿ ਕੇ ਬੁਲਾਇਆ ਹੈ। ਮਗਰ ਐਸਾ ਨਹੀਂ, ਸਾਰੇ ਪ੍ਰਕਰਨ ਨੂੰ ਫੜੋਗੇ, ਪਕੜ ਰਹੇ ਹੋ, ਸਾਰੇ ਪ੍ਰਕਰਨ ਨੂੰ ਫੜੋਗੇ, ਇੱਕ ਉਹ ਜੀਵ ਇਸਤਰੀ ਜਿਹੜੀ ਅਜੇ ਟੁੱਟੀ ਆ ਉਹ ਇੱਕ ਸੁਹਾਗਣ ਨੂੰ ਜੁੜੀ ਹੋਈ ਨੂੰ ਬੇਨਤੀ ਕਰਦੀ, ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨਤੀਆ, ਜੋੜੋ ਭਲਾ ਹੱਥ ਤੇ ਸਾਰੇ ਕਹੋ ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ। ਜਿਹਨੂੰ ਤੂੰ ਮਿਲੀ ਹੈ, ਜਿਹਦੇ ਮਿਲਣ ਕਰਕੇ ਤੇਰਾ ਰੰਗ ਹਰਿਆ ਭਰਿਆ, ਕਮਨ ਬਣੀ ਰੀ ਤੇਰੀ ਲਾਲੀ, ਕਮਨ ਰੰਗ ਤੂੰ ਭਈ ਗੁਲਾਲੀ। ਕਿਹੜਾ ਰੰਗ ਚੜ੍ਹ ਗਿਆ ਹੀ ਨਹੀਂ, ਕਿੰਨੇ ਚੜ੍ਹਾਉਤਾ ਹੀ। ਅੱਖ ਵਾਹਿਗੁਰੂ। ਬੜੀ ਲਾਲ ਸੁਰਖ ਹੋਈ ਹੈ, ਕੌਣ ਸੀ ਉਹ? ਤਿਸ ਮੋਹਨ ਲਾਲ ਪਿਆਰੇ ਹਾਂ ਫਿਰੂੰ ਖੁਜੰਤੀ ਆ, ਮੈਂ ਵੀ ਲੱਭਦੀ ਹਾਂ ਉਹਨੂੰ। ਅੱਖ ਵਾਹਿਗੁਰੂ। ਜਿਹਨੇ ਤੈਨੂੰ ਰੰਗ ਚਾੜਿਆ ਨਾ, ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੀਠ। ਉਹ ਜਿਹੜਾ ਤੇਰਾ ਰੰਗ ਗਿਆ ਨਾ ਕੱਪੜਾ,
ਆਖੋ ਵਾਹਿਗੁਰੂ। ਮੈਂ ਵੀ ਉਹਨੂੰ ਲੱਭਦੀ ਫਿਰਦੀ ਹਾਂ, ਦੱਸ ਇੱਕ ਕਿੱਥੇ ਆ। ਇੱਕ ਵਾਰ ਫਿਰ ਮਨ ਨੂੰ ਇਕਾਗਰ ਕਰੋ, ਵਾਹਿਗੁਰੂ 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 ਨਾਭੀ ਚ ਗੁਰੂ ਧੀਆਂ ਚੜ੍ਹਦੀ ਕਲਾ ਚ ਮੇਰੀਆਂ ਬੱਚੀਆਂ। ਵਾਹਿਗੁਰੂ 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 ਕਮਾਈ ਹੋ ਰਹੀ ਕਮਾਈ। ਕਮਾਈ ਹੋ ਰਹੀ ਕਮਾਈ, ਅਕਾਊਂਟ 'ਚ ਪੈਸੇ ਪੈ ਰਹੇ। ਸਤਨਾਮ ਸ੍ਰੀ ਵਾਹਿਗੁਰੂ। ਇੱਕ ਟੁੱਟੀ ਹੋਈ ਜੁੜੀ ਹੋਈ ਨੂੰ ਕੀ ਕਹਿੰਦੀ? ਸੁਣ ਯਾਰ ਹਮਾਰੇ ਸੱਜਣ। ਇੱਕ ਟੁੱਟੀ ਹੋਈ ਜੁੜੀ ਹੋਈ ਨੂੰ ਕਹਿੰਦੀ। ਇੱਥੇ ਰੱਬ ਪ੍ਰਤੀ ਵਾਚਕ ਸ਼ਬਦ ਨਹੀਂ ਗਏ, ਸਾਰਾ ਸਿੱਧ ਹੋ ਜਾਣਾ ਹੁਣੇ। ਆਖੋ ਵਾਹਿਗੁਰੂ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੂੰ ਬੇਨੰਤੀਆ। ਬੋਲੋ ਹਾਂ, ਸੁਣ ਕਰੋ ਤਾਂ ਨਹੀਂ ਨਾ, ਹਾਂ, ਕਿਉਂਕਿ ਮੈਂ ਕਹਿ ਰਹੀ ਹਾਂ ਨਾ, ਅਤੇ ਕਵਾਂ ਮੈਂ ਅਤੇ ਆਖਾਂ ਵੀ ਕਰੋ ਬੇਨੰਤੀ ਹੈ, ਇਸ ਪਾਠ ਨਹੀਂ ਬਣਦਾ। ਤੁਹਾਨੂੰ ਤਾਂ ਪਤਾ ਲੱਗ ਗਿਆ ਹੋਣਾ, ਇੱਕ ਕਰੂੰ ਬੇਨੰਤੀ ਆ ਤਿਸ ਮੋਹਨ ਲਾਲ ਪਿਆਰੇ। ਉਹ ਮੋਹ ਲੈਣ ਵਾਲੇ ਲਾਲ ਵਾਹਿਗੁਰੂ ਪਰਮੇਸ਼ਰ, ਲਾਲ ਮਣੇ ਵਾਹਿਗੁਰੂ, ਲਾਲ ਮਣੇ ਤਿਸ ਮੋਹਨ ਲਾਲ ਪਿਆਰੇ ਹਾਂ ਫਿਰੂੰ ਖੁਜੰਤੀ ਆ। ਮੈਂ ਵੀ ਕਈ ਜਨਮਾਂ ਤੋਂ ਉਹਨੂੰ ਲੱਭਦੀ ਫਿਰਦੀ ਹਾਂ। ਆਖੋ ਵਾਹਿਗੁਰੂ। ਇੱਕ ਵਾਰ ਫਿਰ ਰਸ ਜਾਣ ਕੇ, ਸੁਣ ਯਾਰ ਹਮਾਰੇ ਸੱਜਣ, ਇੱਕ ਕਰੂੰ ਬੇਨੰਤੀ ਆ ਤਿਸ ਮੋਹਨ ਲਾਲ ਪਿਆਰੇ ਹਾਂ ਫਿਰੂੰ ਖੁਜੰਤੀ ਆ।
ਇੱਥੋਂ ਤੱਕ ਗੱਲ ਬਰਤ ਚੱਲੀ ਦੋਵਾਂ ਦੀ, ਜੁੜੀ ਦੀ ਅਤੇ ਟੁੱਟੀ ਦੀ। ਉਹਨੇ ਕਿਹਾ ਹਾਂ ਮੈਂ ਦੱਸੂੰਗੀ ਉਹਦੇ ਬਾਰੇ ਤੈਨੂੰ, ਆਖੋ ਹੇ ਗੁਰੂ ਮੈਂ ਦੱਸੂੰਗੀ ਉਹਦੇ ਬਾਰੇ ਤੈਨੂੰ, ਮਗਰ ਕਮਾਲ ਦੀ ਗੱਲ ਆ ਜੇ ਤੂੰ ਉਹਨੂੰ ਮਿਲਣਾ ਚਾਹੁੰਦੀ ਤਾਂ ਫੀਸ ਬੜੀ ਮੰਗਦਾ ਹੀ, ਪਤਾ ਲੱਗਾ ਵੀ ਫੀਸ ਉਹ 2-4-5 ਰੁਪਈਏ ਨਹੀਂ ਲੈਂਦਾ, ਉਹ ਡਾਲਰਾਂ ਦਾ ਭੁੱਖਾ ਨਹੀਂ। ਆਖੋ ਵਾਹਿਗੁਰੂ ਉਹ ਨਹੀਂ 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 ਇਹ ਤਾਂ ਉੱਤੋਂ ਹੀ ਬਣਿਆ ਸਭ ਕੁਛ, ਤੇਰਾ ਕੀ ਆ ਬੋਲੋ, ਤੁਝੇ ਕਿਹਾ ਅਰਪੂੰ ਨਹੀਂ ਪਤਾ ਲੱਗਾ, ਤੇਰਾ ਕੀ ਆ ਤੁਝੇ ਕਿਹਾ ਅਰਪੂੰ, ਇਹ ਸਾਰੀਆਂ ਚੀਜ਼ਾਂ ਤਾਂ ਤੂੰ ਹੀ ਪੈਦਾ ਕੀਤੀਆਂ ਅਤੇ ਤੇਰੀ ਫੈਕਟਰੀ 'ਚੋਂ ਬਣੀ ਚੀਜ਼ ਤੈਨੂੰ ਪ੍ਰੈਜੈਂਟ ਕਰਾਂ, ਆਖੋ ਵਾਹਿਗੁਰੂ ਪਤਾ ਲੱਗਾ ਸਭ ਕੁਝ ਹੀ ਤਾਂ ਤੇਰਾ ਬਣਿਆ, ਤੇਰਾ ਕੀ ਆ ਤੁਝੇ ਕਿਹਾ ਅਰਪੂੰ, ਕੀ ਦਵਾਂ ਤੈਨੂੰ। ਰੱਬ ਨੇ ਫਿਰ ਕਿਹਾ ਇੱਕ ਚੀਜ਼ ਤੇਰੇ ਕੋਲ ਹੈਗੀ ਜਿਹੜੀ ਮੈਂ ਪੈਦਾ ਨਹੀਂ ਕੀਤੀ ਤੂੰ ਪੈਦਾ ਕੀਤੀ, ਉਹ ਦੇ ਦੇ, ਆਖੋ ਵਾਹਿਗੁਰੂ। ਕਿਹੜੀ? ਨਹੀਂ ਹਉਮੈ, ਹਉਮੈ, ਆਖੋ ਵਾਹਿਗੁਰੂ। ਕੀ? ਇਹ ਮੈਂ ਪ੍ਰੋਡਕਟ ਕੀਤੀ ਆਪਣੇ ਅੰਦਰ, ਇਹ ਮੈਂ ਪੈਦਾ ਕੀਤੀ ਅਤੇ ਬਲਵਾਨ ਵੀ ਇਹਨੂੰ ਬੜਾ ਕੀਤਾ ਹੈ। ਸੁਦਰਸੈਨ ਰਾਜਾ ਸਾਹਿਬ ਗੁਰੂ ਨਾਨਕ ਸਾਹਿਬ ਕੋਲ ਆਉਂਦਾ ਹੈ, ਸੁਣੋ ਧਿਆਨ ਨਾਲ ਸੁਣੋ, ਇਤਨਾ ਹੁੰਦਾ ਹੈ ਵੈਸੇ ਧੀਓ ਤੁਸੀਂ ਸੋਚੋਗੇ ਤਾਂ ਸਹੀ, ਬੰਦਾ ਬੈਠਾ ਕਿਤੇ ਹੁੰਦਾ ਪਹੁੰਚ ਕਿਤੇ ਪਹੁੰਚ ਜਾਂਦਾ, ਇਤਨਾ ਹੈਗਾ ਹੈ ਬੋਲੋ, ਬੈਠਾ ਕਿਤੇ ਹੁੰਦਾ ਹੈ ਅਤੇ ਅੰਦਰੋਂ ਕਿਤੇ ਪਹੁੰਚਿਆ ਹੁੰਦਾ, ਫਿਰ ਕਹਿੰਦਾ ਕਥਾ 'ਤੇ ਗਏ ਸਾਂ ਕੋਈ ਪਛਤਾ ਪਤਾ ਨਹੀਂ ਲੱਗਾ, ਨਹੀਂ 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 ਨਹੀਂ, ਅੰਮ੍ਰਿਤ 'ਤੇ ਬੜਾ ਵਰਸਿਆ ਤੂੰ ਹੀ ਗਹਿਰਾ ਹਾਜ਼ਰ ਸੈਂ, ਆਖੋ ਵਾਹਿਗੁਰੂ। ਮੀਂਹ 'ਤੇ ਬਹੁਤ ਪਿਆ ਤੂੰ ਦਰਵਾਜ਼ੇ ਬੰਦ ਕੀਤੇ ਸੀ, ਨਾ ਕੋਈ ਬਾਰੀ ਖੋਲ੍ਹੀ, ਨਾ ਕੋਈ ਕੰਨ ਖੋਲ੍ਹੇ, ਨਾ ਕੋਈ ਅੱਖਾਂ ਖੋਲ੍ਹੀਆਂ, ਨਾ ਕੋਈ ਜੀਭਾ ਖੋਲ੍ਹੀ, ਇਹ ਬਾਰੀਆਂ ਨੇ, ਇਹ ਦਰਵਾਜ਼ੇ ਨੇ। ਲੱਗ ਰਿਹਾ ਪਤਾ ਬਈ ਗੋਲ ਭਰਨੇ ਵਾਲੇ ਬੱਚੇ ਨੂੰ ਲੱਗ ਰਿਹਾ ਪਤਾ? ਨਹੀਂ ਅਜੇ ਨਹੀਂ, ਫਿਰ ਦੱਸਦਾ। ਮੀਂਹ ਬਹੁਤ ਪੈ ਰਿਹਾ ਸੀ, ਬੁਛਾਰਾਂ ਆਉਣ ਡੀਆਂ ਸੀ, ਤੇਰੇ ਅੰਦਰ ਤੱਕ ਉਹ ਬੂੰਦਾਂ ਆ ਸਕਦੀਆਂ ਸੀ ਜੇ ਤੂੰ ਦਰਵਾਜ਼ੇ ਖੋਲ੍ਹ ਦੇਣ, ਉਹਦੇ ਕੰਨ ਖੋਲ੍ਹ ਦਿਉ, ਜੀਭਾ ਖੋਲ੍ਹ ਦਿਉ, ਪਤਾ ਲੱਗਾ ਜੀ ਸਾਰਾ ਕੁਝ ਆਪਣੇ ਦਰਵਾਜ਼ੇ ਖੋਲ੍ਹ ਦੇਣੋ ਅਤੇ ਮੀਂਹ ਦੀਆਂ ਬੁਛਾਰਾਂ ਤੇਰੇ ਅੰਦਰ ਪਹੁੰਚ ਜਾਣੀਆਂ ਸੀ। ਸੁਦਰਸੈਨ ਰਾਜਾ ਸਾਹਿਬ ਗੁਰੂ ਨਾਨਕ ਸਾਹਿਬ ਦੇ ਕੋਲ ਆਉਂਦਾ ਹੈ, ਆਣ ਕੇ ਸਰਕਾਰ ਨੂੰ ਕਹਿੰਦਾ ਗਰੀਬ ਨਿਵਾਜ ਇਹ ਕੁਝ ਭੇਟਾ ਲੈ ਕੇ ਆਇਆ, ਆਖੋ ਵਾਹਿਗੁਰੂ। ਧਿਆਨ ਨਾਲ ਸੁਣਿਓ, ਟਿਕ ਕੇ ਸੁਣਿਓ, ਬੜਾ ਕੁਝ ਆ ਗੁਰਦੁਆਰੇ ਮੇਰੇ ਹੋ ਵੀਰੋ ਗੁਰਸਿੱਖੋ ਬੱਚੇ ਬੱਚੀਓ ਹੈ ਹੀ ਇੱਥੇ, ਸੌਦਾ ਇੱਕ ਤਹੱਟ ਹੈ, ਇੱਕ ਵਾਰ ਬੋਲੋ ਸੌਦਾ, ਹੋਰ ਕਿਸੇ ਹੱਟੀ 'ਤੇ ਸੌਦਾ ਹੈ ਹੀ ਨਹੀਂ, ਜਿਹੜਾ ਤੇਰੀ ਰੂਹਾਨੀਅਤ ਨੂੰ ਬਾਗੋ ਬਾਗ ਕਰੇ ਉਹ ਸੌਦਾ ਕੇਵਲ ਨਾਨਕ ਕਹਿ ਘਰ ਕੇਵਲ ਨਾਮ, ਇੱਥੇ ਹੀ ਨਾਮ ਦਾ ਤਨ ਆ, ਇੱਥੇ ਹੀ ਗੁਰਬਾਣੀ ਦੀ ਵਿਆਖਿਆ ਹੈ, ਹੋਰ ਕਿਤੇ ਨਹੀਂ ਹੈਗੀ, ਆਖੋ ਵਾਹਿਗੁਰੂ। ਸੁਦਰਸੈਨ ਰਾਜਾ ਇੱਕ ਬਹੁਤ ਵੱਡੀ ਥਾਲ ਭਰ ਕੇ ਪਰਾਤ ਭਰ ਕੇ ਮੋਤੀਆਂ ਹੀਰਿਆਂ ਜਵਾਹਰਾਤਾਂ ਦੀ, ਸੋਨੇ ਦੀਆਂ ਮੋਹਰਾਂ ਚਾਂਦੀ ਦੇ ਰੁਪਈਏ, ਆਖੋ ਵਾਹਿਗੁਰੂ, ਲਿਆ ਕੇ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਦੇ ਚਰਨਾਂ 'ਚ ਭੇਟਾ ਕਰਦਾ ਹੈ, ਨਾਮ ਹੈ ਉਹਦਾ ਧੰਨ ਗੁਰੂ ਨਾਨਕ ਸਾਹਿਬ। ਧੰਨ ਗੁਰੂ ਨਾਨਕ ਸਾਹਿਬ ਨੂੰ ਸੁਦਰਸੈਨ ਬੜੀ ਭੇਟਾ ਚੜ੍ਹਾਉਂਦਾ, ਮੇਰੇ ਸਾਹਿਬ ਕਹਿੰਦੇ ਸੁਦਰਸੈਨ ਇਹ ਰੁਮਾਲ ਦੇ ਥੱਲੇ ਕੀ ਆ, ਸੁਣ ਰਹੇ ਹੋ ਨਾ, ਰੁਮਾਲ ਦੇ ਥੱਲੇ ਕੀ ਆ,
ਕਹਿੰਦਾ ਮਹਾਰਾਜ ਬੜੀਆਂ ਬੜੀਆਂ ਕੀਮਤੀ ਹੀਰੇ ਨੇ, ਜਵਾਹਰਾਤ ਨੇ, ਚਾਂਦੀ ਦੀਆਂ ਮੋਹਰਾਂ ਨੇ, ਸੋਨੇ ਦੀਆਂ ਮੋਹਰਾਂ ਨੇ, ਟਕੇ ਨੇ, ਆ ਬੇਟਾ ਲੈ ਲਓ। ਅਤੇ ਸਾਹਿਬ ਨੇ ਪਤਾ ਕੀ ਪੁੱਛਿਆ? ਮੇਰੇ ਵਰਗਾ ਨਹੀਂ ਸੀ, ਆਖੋ ਵਾਹਿਗੁਰੂ ਇਹ ਪੈਸੇ ਤੇਰੇ ਆਪਣੇ ਨੇ, ਕਿਰਤ ਕੀਤੀ ਹੋਊ ਕੋਈ? ਪਤਾ ਲੱਗਾ ਜੀ, ਇਹ ਪੂਰਾ ਗੁਰੂ ਪੁੱਛਦਾ, ਦੂਸਰਾ ਨਹੀਂ ਕੋਈ ਪੁੱਛਦਾ, ਹਰ ਬੰਦਾ ਚੁੱਕੇ। ਇਹ ਕੁਛ ਚੱਲ ਰਿਹਾ, ਕੋਈ ਕਿਰਤ ਕੀਤੀ ਹੋਈ ਜਿੱਥੋਂ ਪੈਸੇ ਕਮਾਈ, ਇੰਨੇ ਹੀਰੇ, ਇੰਨੇ ਜਵਾਹਰਾਤ? ਅਤੇ ਉਹਨੇ ਅੱਗੋਂ ਬੜੇ ਚੰਗਾ ਸੀ, ਬਾਬੇ ਦੇ ਦੀਦਾਰ ਕੀਤੇ, ਤੁਧ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ, ਜਨਮਾਂ ਦੀ ਮੈਲ ਲੱਥ ਗਈ। ਅਤੇ ਪਵਿੱਤਰ ਆਤਮਾ ਨੇ ਅੱਗੋਂ ਕਿਹਾ, ਨਹੀਂ ਸਤਿਗੁਰੂ, ਇਹ ਸਭ ਕੁਝ ਪਬਲਿਕ ਦਾ ਟੈਕਸ ਹੈ। ਰਾਜੇ ਦੇ ਕੋਲ ਕੀ ਹੁੰਦਾ ਪੈਸਾ? ਪਬਲਿਕ ਦਾ ਟੈਕਸ, ਇਹ ਸਾਰੇ ਟੈਕਸ ਦੇ ਪੈਸੇ ਹੈ। ਅਤੇ ਮੇਰਾ ਸਾਹਿਬ ਗੁਰੂ ਨਾਨਕ ਸਾਹਿਬ ਉਹਨੂੰ ਕਹਿੰਦਾ ਵੀ ਕੋਈ ਆਪਣੀ ਚੀਜ਼ ਦੇ, ਆਖੋ ਵਾਹਿਗੁਰੂ, ਇਹ ਤਾਂ ਪੈਸੇ ਤੇਰੇ ਨਹੀਂ, ਪਬਲਿਕ ਦੇ ਨੇ, ਕੋਈ ਆਪਣੀ ਚੀਜ਼ ਸਮਝ ਲੱਗ ਰਹੀ, ਕੋਈ ਆਪਣੀ ਚੀਜ਼ ਦੇ। ਅੱਜ ਪਹਿਲੀ ਵਾਰ ਪਤਾ ਲੱਗਾ ਸੁਦਰ ਸਾਹਿਬ ਨੂੰ ਵੀ ਇਹ ਪੈਸੇ ਮੇਰੇ ਨਹੀਂ। ਅੱਜ ਵੀ ਗੁਰੂ ਨਾਨਕ ਵਰਗਾ ਕੋਈ ਫਕੀਰ ਕਿਸੇ ਮੋਦੀ ਦੇ ਬੂਹੇ ਅੱਗੇ ਜਾ ਖਲੋਂਦਾ ਤਾਂ ਸੱਚੀ ਮੁੱਚੀ ਮੋਦੀ ਦੇ ਕੰਨ ਖੋਲ੍ਹ ਦਿੰਦਾ, ਮਗਰ ਪੂਰਾ ਮਿਲਿਆ ਕੋਈ ਨਹੀਂ ਕਿਸੇ ਨੂੰ। ਕੀ ਆਖਿਆ ਜੀ? ਪੂਰਾ ਕਿਸੇ ਨੂੰ ਕੋਈ, ਪੂਰੇ ਤੋਂ ਬਿਨਾਂ ਤਾਂ ਵਜਨ ਕਿਸੇ ਨੇ ਕਰਨੇ ਨਹੀਂ। ਪੈਸੇ ਤੇਰੇ ਨਹੀਂ, ਜੇ ਪਬਲਿਕ ਦੇ ਟੈਕਸ ਦਿਆ ਤਾਂ ਫਿਰ ਤੂੰ ਕਿਸ ਤਰ੍ਹਾਂ ਦੇ ਸਕਦਾ ਪੈਸੇ? ਤਾਂ ਤੇਰੇ ਨਹੀਂ, ਕੋਈ ਆਪਣੀ ਚੀਜ਼ ਦੇ। ਸਤਿਗੁਰੂ ਗਰੀਬ ਨਿਵਾਜ, ਜੇ ਧਨ ਮੇਰਾ ਨਹੀਂ ਨਾ, ਮੈਨੂੰ ਅੱਜ ਤੁਸੀਂ ਪਹਿਲੀ ਵਾਰ ਦੱਸਿਆ ਵੀ ਇਹ ਪੈਸਾ ਮੇਰਾ ਨਹੀਂ, ਮੇਰਾ ਕੋਈ ਰਾਈਟ ਨਹੀਂ ਇੱਥੇ, ਤੁਸੀਂ ਇਸ ਤਰ੍ਹਾਂ ਕਰੋ ਮੇਰਾ ਤਨ ਲੈ ਲਓ। ਸੁਣ ਰਹੇ ਹੋ ਜੀ ਤੁਸੀਂ? ਮੇਰਾ ਇਹ ਤਾਂ ਮੇਰਾ ਹੈ ਨਾ। ਅਤੇ ਸਾਹਿਬ ਨੇ ਆਖਿਆ, ਜਾ ਫਿਰ ਇਸ ਤਰ੍ਹਾਂ ਕਰ, ਰਾਣੀ ਨੂੰ ਪੁੱਛ ਗਿਆ ਅਤੇ ਬੱਚਿਆਂ ਨੂੰ ਪੁੱਛ ਗਿਆ ਵੀ ਇਹ ਸਰੀਰ ਮੈਂ ਗੁਰੂ ਨਾਨਕ ਨੂੰ ਦੇ ਦਾਂ, ਆ ਵੇਖਿਓ ਕਿੰਨਾ ਕੁਛ ਵੀ ਨਹੀਂ ਨਿਕਲਣਾ ਸਾਡਾ ਇੱਥੋਂ, ਜਿਹੜਾ ਅਸੀਂ ਕਹਿੰਦੇ ਹਾਂ ਨਾ ਸਭ ਕੁਝ ਮੇਰਾ ਹੈ, ਇਹਦੇ 'ਚੋਂ ਕੁਛ ਵੀ ਨਹੀਂ ਸਾਡਾ ਨਿਕਲਣਾ। ਜਾ ਰਾਣੀ ਨੂੰ ਪੁੱਛ ਗਿਆ, ਭੱਜਾ ਗਿਆ ਰਾਣੀ ਨੂੰ ਜਾ ਕੇ ਪੁੱਛਿਆ। ਸਾਰਿਆਂ ਨੂੰ ਪਤਾ ਲੱਗ ਰਿਹਾ ਜੀ ਗੱਲ ਜਿਹੜੀ ਕਰ ਰਿਹਾ ਮੈਂ। ਰਾਣੀ ਨੂੰ ਜਾ ਕੇ ਕਹਿੰਦਾ, ਕਰਮਾ ਵਾਲੀਏ, ਅੱਜ ਇੱਕ ਫਕੀਰ, ਬੜਾ ਗਜਬ ਦਾ ਫਕੀਰ ਆਇਆ, ਪੁੱਜਿਆ ਫਕੀਰ ਆਇਆ। ਕਰ ਕਰ ਬਾਬਾ ਗਾਵੀਏ, ਕਰ ਕਰ ਬਾਬਾ ਗਾਵੀਏ, ਕਰ 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 ਬਾਬਾ ਗਾਵੀਏ, ਕਰ ਕਰ ਬਾਬਾ ਗਾਵੀਏ, ਕਰ ਕਰ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਭਗਾਂ ਵਾਲੀ। ਇੱਕ ਫਕੀਰ ਆਇਆ ਜਿਹੜਾ ਘਰ ਘਰ ਜੇ ਦੇ ਗੀਤ ਵੱਜਦੇ ਨੇ ਧੰਨ ਗੁਰੂ ਨਾਨਕ ਦੇ, ਉਹ ਅੱਜ ਮੈਨੂੰ ਮਿਲ ਪਿਆ ਹੈ। ਅਤੇ ਮੈਂ ਉਹਨੂੰ ਦਿੱਤੇ ਰੁਪਈਏ, ਅਤੇ ਉਹ ਕਹਿੰਦਾ ਰੁਪਈਏ ਤਾਂ ਤੇਰੇ ਨਹੀਂ, ਗੱਲ ਤਾਂ ਉਹਦੀ ਠੀਕ ਹੈ, ਰੁਪਈਏ ਮੇਰੇ ਨਹੀਂ, ਆਖੋ ਵਾਹਿਗੁਰੂ। ਅਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਮੇਰਾ ਤਨ ਲੈ ਲਓ, ਅਤੇ ਤੂੰ ਜੇ ਹਾਂ ਕਰੇ, ਰਾਣੀ ਨੂੰ ਕਹਿੰਦਾ ਜੇ ਤੂੰ ਹਾਂ ਕਰੇ ਤਾਂ ਮੈਂ ਤਨ ਆਪਣਾ ਉਸ ਫਕੀਰ ਨੂੰ ਦੇ ਦਾਂ। ਅਤੇ ਰਾਣੀ ਨੇ ਮਹਿਲ 'ਚੋਂ ਉੱਠ ਕੇ ਹੱਥ ਜੋੜ ਕੇ ਆਖਿਆ, ਭਾਗਾਂ ਵਾਲਿਆ, ਪੈਸੇ ਦੇ ਕੇ ਜਾਨ ਛੱਡਾ। ਉਹ ਫਕੀਰ ਪਤਾ ਨਹੀਂ ਕਿੱਧਰੋਂ ਆਇਆ, ਉਹਨੇ ਕਿੱਧਰ ਜਾਣਾ, ਤੈਨੂੰ ਨਾਲ ਲੈ ਤੁਰੇ ਅਤੇ ਬੱਚਿਆਂ ਦਾ ਕੀ ਬਣਨਾ ਹੈ? ਆਇਆ ਮੁੜ ਕੇ, ਸਾਹਿਬ ਜੀ ਰਾਣੀ ਮੁੱਕਰ ਗਈ, ਕਹਿੰਦੀ ਤਨ ਵੀ ਨਹੀਂ ਦੇਣਾ, ਮੇਰੇ ਸਿਰ ਦਾ ਪਤੀ ਹੈ, ਬੱਚਿਆਂ ਦਾ ਬਾਪ ਹੈ, ਤੁਸੀਂ ਇਸ ਤਰ੍ਹਾਂ ਕਰੋ ਮੇਰਾ ਮਨ ਲੈ ਲਓ, ਹਾਜ਼ਰ ਹੋ ਜੀ,
ਮੇਰਾ ਆ ਗਿਆ ਮਹਾਰਾਜ, ਮੇਰਾ ਮਨ ਲੈ ਲਓ। ਸਾਹਿਬ ਕਹਿੰਦੇ ਵੇਖਾ ਕਿੱਥੇ ਹੀ ਮਨ, ਕਿੱਥੇ ਹੀ ਮਨ। ਅਤੇ ਕਹਿੰਦਾ ਮਹਾਰਾਜ ਉਹਦੇ ਘੋੜਿਆਂ ਦੇ ਤਬੇਲੇ 'ਚ ਆ। ਕਹਿੰਦੇ ਮਨ ਤੇਰਾ ਨਹੀਂ ਕਿਉਂਕਿ ਤੇਰੇ ਵੱਸ ਨਹੀਂ, ਧਨ ਤੇਰਾ ਨਹੀਂ ਕਿਉਂਕਿ ਤੇਰਾ ਕਮਾਈ ਕੋਈ ਨਹੀਂ, ਤਨ ਤੇਰਾ ਨਹੀਂ ਉੱਤੇ ਬੱਚਿਆਂ ਦਾ ਅਤੇ ਘਰਵਾਲੀ ਦਾ ਹੱਕ ਆ। ਦੱਸ ਫਿਰ ਤੇਰਾ ਕੀ ਆ? ਅੱਖ ਵਾਹਿਗੁਰੂ। ਰੋਇਆ, ਭੁੱਬਾਂ ਮਾਰ ਕੇ ਰੋਇਆ। ਅੱਜ ਤੂੰ ਮੇਰੇ ਕੰਨ ਖੋਲ੍ਹਤੇ, ਭਾਗ ਖੋਲ੍ਹਤੇ, ਮੇਰੇ ਅੰਦਰਲੇ ਦਰਵਾਜ਼ੇ ਖੋਲ੍ਹੇ। ਸਾਹਿਬਾ ਦੱਸਦੇ ਸੀ ਫਿਰ ਮੇਰਾ ਹੈ ਕੀ? ਕਹਿੰਦੇ ਤਨ, ਮਨ ਅਤੇ ਧਨ ਦੇ ਨਾਲ ਜਿਹੜਾ ਸ਼ਬਦ ਜੋੜਿਆ ਨਾ, ਮੇਰਾ ਤਨ, ਮੇਰਾ ਧਨ, ਮੇਰਾ ਮਨ, ਇਹ ਜਿਹੜਾ ਮੇਰਾ ਹੈ ਨਾ, ਇਹ ਲਾ ਕੇ ਦੇ ਦੇ ਮੈਨੂੰ। ਇਹ ਤੂੰ ਆਪਣੇ ਅੰਦਰੋਂ ਪੈਦਾ ਕੀਤਾ ਹੈ, ਨਹੀਂ ਪਤਾ ਲੱਗਾ ਜੀ? ਅੱਖ ਵਾਹਿਗੁਰੂ। ਆਸ਼ਕ ਕਹਿੰਦੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ। ਆਸ਼ਕ ਇਹ ਕੁਝ ਕਹਿੰਦਾ, ਆਸ਼ਕ ਇਹ ਕੁਝ ਕਹਿੰਦਾ। ਅਸੀਂ ਕਬਜ਼ਾ ਕਰਕੇ ਬੈਠੇ ਮਨ 'ਤੇ ਵੀ, ਆਪਾਂ ਮਨ ਗੁਰੂ ਨੂੰ ਦੇ ਦਾਂਗੇ, ਧਨ ਗੁਰੂ ਨੂੰ ਦੇ ਦਾਂਗੇ, ਧਨ ਗੁਰੂ ਨੂੰ ਦੇ ਦਾਂਗੇ, ਇਹ 'ਚੋਂ ਤਾਂ ਮੇਰਾ ਕੁਛ ਵੀ ਨਹੀਂ। ਅੱਖ ਵਾਹਿਗੁਰੂ। ਸਾਹਿਬ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਨ ਦੇ ਦੇ, ਇਹ ਜਿਹੜਾ ਮੇਰਾ ਮੇਰਾ ਕਰਦਾ ਨਾ, ਮੇਰਾ ਤਨ, ਮੇਰਾ ਧਨ, ਮੇਰਾ ਮਨ, ਇਹ ਸ਼ਬਦ ਦੇ ਦੇ। ਭਾਗ ਚੰਗੇ ਸੀ, ਹੱਥ ਜੋੜ ਕੇ ਕਹਿਣ ਲੱਗਾ ਸਤਿਗੁਰੂ ਇਹ ਮੇਰੇ ਅੰਦਰੋਂ ਮੇਰੇ ਕੋਲੋਂ ਨਹੀਂ ਨਿਕਲਦਾ, ਤੂੰ ਕੱਢ। ਜਿਹੜਾ ਮੇਰਾ ਸ਼ਬਦ ਆ ਨਾ, ਜਿਹੜਾ ਮੈਂ ਮੇਰਾ ਮੇਰਾ ਲਾਈ ਆ, ਇਹ ਮੇਰੇ ਕੋਲੋਂ ਤੂੰ ਕੱਢ। ਅਤੇ ਸਰਕਾਰ ਨੇ ਸਿਰ 'ਤੇ ਹੱਥ ਰੱਖਿਆ ਅਤੇ ਆਖਿਆ ਲੈ ਮੇਰੇ ਨਾਲ ਬੋਲ, ਵਾਹਿਗੁਰੂ 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 ਵਾਹਿਗੁਰੂ। ਪੰਜ ਵਾਰ ਰਖਵਾਇਆ। ਕਹਿੰਦੇ ਲਿਆ ਜੋ ਕੁਝ ਤੇਰਾ ਹੈ ਦੇ। ਅਤੇ ਪਤਾ ਕੀ ਕਹਿੰਦਾ? ਮੇਰਾ ਮੁਜਮੇ, ਬੋਲੋ ਨਾ, ਅੱਖਾਂ ਖੁੱਲ੍ਹ ਗਈਆਂ। ਅਤੇ ਹੁਣ ਕਹਿੰਦਾ ਮੇਰਾ ਮੁਜਮੇ, ਜੋ ਕੁਛ ਹੈ। ਇਤਨਾ ਹੀ ਇਹ ਜੀਵ ਆਤਮਾ ਉਹਨੂੰ ਕਹਿੰਦੀ ਵੀ ਦੇਂਗੀ ਕੋਈ ਫੀਸ ਜਿਹੜੀ ਉਹ ਮੰਗੂਗਾ? ਕੌਣ? ਜਿਹਨੂੰ ਮਿਲਣਾ ਚਾਹੁੰਦੀ ਹੈ, ਜਿਹੜਾ ਤੂੰ ਕਹਿੰਦੀ ਤਿਸ ਮੋਹਨ ਲਾਲ ਪਿਆਰੇ ਹਾਂ ਫਿਰੋਂ ਖੋਜੰਤੀ ਆ। ਅਤੇ ਇੰਨੀ ਆਸ਼ਕ ਹੋ ਗਈ ਉਹਦੀ, ਨਿਹੰਗ ਸਿੰਘ ਇੱਧਰ ਵੇਖ, ਇੰਨੀ ਆਸ਼ਕ ਹੋ ਗਈ ਉਹਦੀ। ਕਹਿੰਦੀ ਤਿਸ ਦੱਸ ਪਿਆਰੇ ਸਿਰ ਧਰੀ ਉਤਾਰੇ। ਬੋਲੋ ਹਾਂ, ਤਿਸ ਦੱਸ ਉੱਤੇ ਆਇਆ, ਲਿਖਿਆ ਆਇਆ, ਆਹ ਫੀਸ ਲੈਂਦਾ ਜੀ ਉਹ। ਗੁੱਸਾ ਕਰਦੇ ਫਿਰ ਛੋਟੀਆਂ ਛੋਟੀਆਂ ਭੇਟਾਂ ਤੋਂ ਜਦੋਂ ਤੁਹਾਡਾ ਚੌਂਕੀਦਾਰ ਬੋਲਦਾ ਹੈ, ਉਹ ਸੋਨਾ ਨਹੀਂ ਲੈਂਦਾ। ਅੱਖ ਵਾਹਿਗੁਰੂ ਕੀ ਜੀ? ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ 'ਚ ਲਿਖਿਆ, ਕੰਚਨ ਸਿਉਂ ਪਾਈਏ ਨਹੀਂ ਤੋਲ, ਮਨ ਦੇ ਰਾਮ ਲੀਆ ਹੈ। ਮਨ ਦੇਣਾ ਪੈਂਦਾ ਹੈ, ਆਪਣਾ ਆਪ ਅਰਪਣ ਕਰਨਾ ਪੈਂਦਾ ਹੈ। ਚਲੋ ਖੈਰ, ਸਮਾਂ ਥੋੜ੍ਹਾ। ਅੱਖ ਵਾਹਿਗੁਰੂ। ਉਹਨੇ ਕਿਹਾ ਕੀ ਦੇਂਗੀ? ਤਿਸ ਦੱਸ ਪਿਆਰੇ ਸਿਰ ਧਰੀ ਉਤਾਰੇ। ਅਤੇ ਉਹਨੇ ਕਿਹਾ ਕਿੰਨਾ ਕੁ ਚਿਰ ਮਿਲਣਾ ਹੀ? ਅੱਖ ਵਾਹਿਗੁਰੂ। ਉਹਨੇ ਪੁੱਛਿਆ ਕਿੰਨਾ ਕੁ ਚਿਰ ਮਿਲਣਾ ਚਾਹੁੰਦੀ ਹੈ, ਸਿਰ ਦੀ ਫੀਸ ਦੇ ਕੇ ਕਿੰਨਾ ਕੁ ਚਿਰ ਮਿਲਣਾ ਚਾਹੁੰਦੀ? ਇੱਕ ਭੋਰੀ ਦਰਸ਼ਨ ਦੀ ਜੈ। ਬੋਲੋ ਹਾਂ,
ਇੱਕ ਭੋਰੀ ਦਰਸ਼ਨ ਦੀ ਜੈ। ਸੱਚੀ ਮੁੱਚੀ ਮੈਂ ਸਾਰੀ ਰਾਤ ਕੋਲ ਨਹੀਂ ਰੱਖੂੰਗੀ, ਸਾਰਾ ਜੀਵਨ ਕੋਲ ਨਹੀਂ ਰੱਖੂੰਗੀ। ਇੱਕ ਵਾਰ ਨੀਲੇ ਦੀ ਲਗਾਮ ਹੱਥ 'ਚ ਫੜੀ ਹੋਏ, 19 ਸਾਲ ਦਾ ਹੈ, ਅਖ ਵਾਹਿਗੁਰੂ, 19 ਸਾਲ ਦਾ ਮੇਰਾ ਸਾਹਿਬ ਅੱਜ ਪਾਉਂਟਾ ਸਾਹਿਬ ਦੀ ਧਰਤੀ ਹੈ, ਅਖ ਵਾਹਿਗੁਰੂ ਉੱਚੀ ਬੋਲ, ਹੌਲੀ ਬੋਲਦੇ ਨਾ ਫਿਰ ਇਤਨਾ ਆਉਂਦਾ, ਵਾਹਿਗੁਰੂ ਪਾਉਂਟਾ ਸਾਹਿਬ ਦੀ ਧਰਤੀ। ਅਤੇ 35 ਸਾਲ ਤੋਂ ਕੋਈ ਜੀਵ ਆਤਮਾ ਜਿਹਦਾ ਮੁਰਸ਼ਦ ਕਹਿ ਗਿਆ ਸੀ ਵੀ ਤੇਰਾ ਭਲਾ ਕਰਨ ਨੂੰ ਇਸ ਜਮੁਨਾ ਨਦੀ ਦੇ ਕੰਢੇ 'ਤੇ ਆਊਗਾ ਜਿਹਨੇ ਤੇਰਾ ਭਲਾ ਕਰਨਾ ਹੈ, ਅਤੇ 35 ਸਾਲ ਤੋਂ ਬਜ਼ੁਰਗ ਹੋ ਗਿਆ, ਪਰਵੱਟੇ ਐਡੇ ਐਡੇ ਹੋ ਗਏ, ਐਂ ਚੁੱਕ ਕੇ ਭੇਡਾਂ ਚਾਰਨੀਆਂ, ਰਾਤ ਦਿਨ ਲੱਭਦੇ ਫਿਰਨਾ, ਕੋਈ ਲੱਭ ਜਾਏ ਉਹਦੇ, ਮੁਰਸ਼ਦ ਨੇ ਕਿਹਾ ਸੀ ਜਿਹਦਾ ਤੇਰਾ ਭਲਾ ਕਰਨਾ ਹੈ ਉਹਦੇ ਘੋੜੇ ਦਾ ਰੰਗ ਨੀਲਾ ਹੋਣਾ ਹੈ, ਧਿਆਨ ਦਿਓ ਉਹਦੇ ਘੋੜੇ ਦਾ ਰੰਗ, ਅਤੇ ਸੁਨਹਿਰੀ ਬਾਜ ਉਹਦੇ ਮੋਢੇ 'ਤੇ ਬੈਠਾ ਹੋਣਾ, ਸਿੱਧਾ ਸੁਨਹਿਰੀ ਬਾਜ ਉਹਦੇ ਮੋਢੇ 'ਤੇ ਬੈਠਾ ਹੋਣਾ ਹੈ, ਤੀਰਾਂ ਦਾ ਪੱਤਾ ਹੋਣਾ ਹੈ, 7.5 ਫੁੱਟ ਉੱਚਾ ਉਹਦਾ ਕੱਦ ਹੋਣਾ ਹੈ, ਨੇਤਰ ਉਹਦੇ ਅੰਮ੍ਰਿਤ ਨਾਲ ਭਰੇ ਹੋਣੇ ਨੇ, ਆਖੋ ਵਾਹਿਗੁਰੂ, ਨੇਤਰ ਉਹਦੇ ਅੰਮ੍ਰਿਤ ਨਾਲ ਭਰੇ ਹੋਣੇ ਨੇ, ਅਤੇ ਗੋਡਿਆਂ ਤੋਂ ਲੰਮੀਆਂ ਉਹਦੀਆਂ ਬਾਹਾਂ ਹੋਣੀਆਂ, ਜਿਹਨੇ ਆਉਣਾ ਹੈ ਤੇਰਾ ਭਲਾ ਕਰਨਾ। ਇੰਨੇ ਸਾਲਾਂ ਬਾਅਦ ਅੱਜ ਪੋਤਰੇ ਨੇ ਆਣ ਕੇ ਆਖਿਆ, ਦਾਦਾ ਦੌੜ, ਦਾਦਾ ਦੌੜ, ਜਿਹਨੂੰ ਲੱਭਦਾ ਸੀ ਨਾ ਅੱਜ ਪਲੰਘ ਡਾਹ ਕੇ ਜਮੁਨਾ ਨਦੀ ਦੇ ਕੰਢੇ 'ਤੇ ਬੈਠਾ ਹੈ, ਸੱਚੀ ਮੁੱਚੀ ਜਿਤਨਾ ਦਾ ਤੂੰ ਦੱਸਦਾ ਸੈ ਉਤਨਾ ਦਾ ਹੀ ਨੀਲਾ ਘੋੜਾ ਉਹਦੇ ਪਿੱਛੇ ਖਲੋਤਾ ਹੈ, ਉਤਨਾ ਦਾ ਸੁਨਹਿਰੀ ਬਾਜ ਉਹਦੇ ਮੋਢੇ 'ਤੇ ਆ, ਇਤਨਾ ਹੀ ਉੱਠ ਕੇ ਤੁਰਿਆ ਆਪਣੇ ਸਿੰਘਾਂ ਨਾਲ, ਗੋਡਿਆਂ ਤੋਂ ਲੰਮੀਆਂ ਬਾਹਾਂ ਨੇ, ਅੰਮ੍ਰਿਤ ਦੇ ਭਰੇ ਨੇਤਰ ਨੇ, ਆਖੋ ਵਾਹਿਗੁਰੂ, ਅਤੇ ਐਡਾ ਸ਼ਹਿਨਸ਼ਾਹ ਉਹਦੇ ਤੋਂ ਬਿਨਾਂ ਕੋਈ ਨਹੀਂ ਹੋ ਸਕਦਾ। ਛੇਤੀ ਦੌੜ, ਦਾਦਾ ਦਾਦਾ ਆਇਆ, ਮੋਢੇ 'ਤੇ ਹੱਥ ਰੱਖਿਆ ਪੋਤਰੇ ਦੇ, ਅਤੇ ਬਜ਼ੁਰਗ ਹੋ ਗਿਆ ਸੀ 105 ਸਾਲ ਦਾ, ਕਈ ਵਾਰ ਡਿੱਗਾ ਕਈ ਵਾਰ ਉੱਠਿਆ, ਅਤੇ ਸਰਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੋ ਜਹਾਨ ਦੇ ਮਾਲਕ ਨੇ ਇਤਨਾ ਬਾਹਵਾਂ ਕਰ ਲਈਆਂ ਵੀ ਲਾਲਸ਼ਾਹ ਡਿੱਗ ਨਾ ਪਈ ਮੇਰੇ ਕਲੇਜੇ ਲੱਗ, ਅਤੇ ਲਾਲਸ਼ਾਹ ਕਹਿੰਦਾ ਸਤਿਗੁਰੂ ਮੈਂ ਨਮਸਕਾਰ ਕਰਨੀ ਤੈਨੂੰ, ਆਖੋ ਵਾਹਿਗੁਰੂ, ਜੋ ਪਹਿਲੇ ਜਾਮੇ 'ਚ ਸਿੱਧਾ ਨੂੰ ਕਿਹਾ ਸੀ ਮੈਨੂੰ ਨਮਸਕਾਰ ਨਹੀਂ ਆਦੇਸ਼, ਇਹਦਾ ਮਤਲਬ ਕੀ, ਉਹਨੂੰ ਨਮਸਕਾਰ ਹੋ ਜਿਹੜਾ ਆਦ ਅਨੀਲ ਅਨਾਦ ਅਨਾਹਤ ਯੁਗ ਯੁਗ ਇੱਕੋ, ਇਹ ਸਰੀਰ 4 ਦਿਨ ਦਾ ਦਿਖਾਵਾ ਹੈ, ਭਾਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਪਿਤਾ ਜੀ ਦਾ ਹੈ, ਜਿੰਨੀ ਕੁ ਉਮਰ ਭੋਗ ਕੇ ਸਰੀਰ ਨੇ ਵੀ ਗਾਇਬ ਹੋ ਜਾਣਾ ਹੈ, ਸਦਾ ਰਹਿਣ ਵਾਲਾ ਕੀ ਹੈ ਸ਼ਬਦ, ਕੀ ਆ ਆਦ ਅਨੀਲ ਅਨਾਦ ਅਨਾਹਤ ਯੁਗ ਯੁਗ ਏਕੋ ਵੇਸ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿੰਦੇ ਲਾਲਸਾ ਇਹ ਸਰੀਰ ਸਦਾ ਰਹਿਣ ਵਾਲਾ ਨਹੀਂ, ਮੰਗ ਤੂੰ ਗੱਲ ਨਾਲ ਲਾ ਲਿਆ, ਆਖਿਆ ਮੰਗ, ਸੋਹਣਾ ਦਾੜਾ ਉਹਦਾ ਹੱਥ 'ਚ ਫੜ ਕੇ ਅੱਖਾਂ 'ਚ ਅੱਖਾਂ ਪਾਤੀਆਂ, ਮੰਗ ਕੀ ਇੰਨੇ ਸਾਲਾਂ ਤੋਂ ਮੰਗਦਾ ਸੈਂ, ਇੱਕ ਭੋਰੀ ਦਰਸ਼ਨ ਦੀ ਜੈ, 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 ਇੱਕ ਭੋਰੀ ਦਰਸ਼ਨ ਦੀ ਜੈ। ਲਾਲਸ਼ਾਹ ਨੂੰ ਕਲੇਜੇ ਨਾਲ ਲਾ ਲਿਆ ਗੁਰੂ ਸਾਹਿਬ ਨੇ,
ਆਖਿਆ ਲੈ ਅਰਸ਼ਾ ਦਰਸ਼ਨ ਤੇ ਤੈਨੂੰ ਗਏ ਹੋ ਅਖ ਵਾਹਿਗੁਰੂ ਹੋਰ ਦੱਸ ਕੀ ਮੰਗਦਾ ਹੈ। ਅਤੇ ਲਾਲਸ਼ਾ ਕਹਿੰਦਾ ਜਿਹਨੂੰ ਤੇਰੇ ਇੱਕ ਸਕਿੰਟ ਲਈ ਇੱਕ ਛਿੰਨ ਦਰਸ ਦਿਖਾਏ ਜੀ, ਪੜ੍ਹਿਆ ਜੇ ਸਗਲ ਭਵਨ ਕੇ ਨਾਇਕਾ, ਇੱਕ ਛਿੰਨ ਜਿਹਨੂੰ ਤੇਰੇ ਦੀਦਾਰ ਹੋ ਗਏ ਅਤੇ ਧੰਨ ਹੋ ਗਿਆ, ਹੋਰ ਕੀ ਮੰਗਾਂ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਲੇਜੇ ਨਾਲ ਆਇਆ, ਕਹਿੰਦੇ ਨਹੀਂ ਫੁਰਨਾ ਬਣਾ ਕੋਈ ਹੋਰ ਮੰਗ ਮੰਗ। ਕਿਹਨੂੰ ਕਹਿੰਦੇ? ਲਾਲਸ਼ਾ ਨੂੰ। ਅਤੇ ਲਾਲਸ਼ਾ ਕਹਿੰਦਾ ਫਿਰ ਜੇ ਦੇਣ 'ਤੇ ਆਏ ਹੋ ਨਾ, ਮੈਂ ਮੁਸਲਮਾਨ ਹਾਂ, ਮੇਰੇ ਸਰੀਰ ਨੇ ਸੜਨਾ ਨਹੀਂ। ਆਖੋ ਵਾਹਿਗੁਰੂ, ਮੇਰੇ ਸਰੀਰ ਨੇ ਸੜਨਾ ਨਹੀਂ, ਇਹਨੂੰ ਕਬਰ 'ਚ ਦੱਬਣਾ ਹੈ। ਅਤੇ ਜੇ ਤੁੱਠਾਂ ਇਹਨਾਂ ਤਾਂ ਮੇਰੀ ਕਬਰ ਨੂੰ ਵੀ ਤੇਰੇ ਦਰਸ਼ਨ ਹੋਇਆ ਕਰਨਾ। ਅਤੇ ਪਾਉਂਟਾ ਸਾਹਿਬ ਦੀ ਧਰਤੀ 'ਤੇ ਜਿੱਥੇ ਪਾਉਂਟਾ ਸਾਹਿਬ ਮਹਾਰਾਜ ਦਰਬਾਰ ਆ, ਯਮੁਨਾ ਨਦੀ ਵਿੱਚ ਪੈਂਦੀ ਆ, ਉੱਤੇ ਇੱਕ ਪਹਾੜ ਆ, ਉੱਥੇ ਹਰੇ ਰੰਗ ਦਾ ਨਿਸ਼ਾਨ ਝੁਲਦਾ ਹੈ, ਉਹ ਲਾਲਸ਼ਾ ਦੀ ਕਬਰ ਆ, ਰਹਿੰਦੀ ਦੁਨੀਆ ਤੱਕ। ਜਦੋਂ ਤੱਕ ਨਿਸ਼ਾਨ ਸਾਹਿਬ ਦੇ ਦੀਦਾਰ ਹੋਣਗੇ, ਉਹ ਕਬਰ ਵੀ ਭਾਗਾਂ ਵਾਲੀ ਕਹੂਗੀ ਮੈਨੂੰ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਹੋਏ। ਅੱਜ ਵੀ ਮੇਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਸ ਮੋਹਨ ਲਾਲ ਪਿਆਰੇ ਹਾਂ ਫਿਰੂੰ ਖੁਜੰਤੀ ਆ, ਤਿਸ ਦੱਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ। ਉਹਨੇ ਕਿਹਾ ਇੰਨੀ ਫੀਸ ਦੇ ਕੇ ਕੱਖ ਦਾ ਫਰਕ ਆ? ਕਹਿੰਦੀ ਨੈਣ ਹਮਾਰੇ ਪਿਰਿਆ ਰੰਗ ਰੰਗਾਰੇ, ਇੱਕ ਤਿਲ ਭੀ ਨਾ ਧਰੀਜੈ, ਇਸ਼ਕ ਇੰਨਾ ਹੋ ਗਿਆ ਏ ਪ੍ਰਭ ਸਿਉਂ ਮਨ ਲੀਨਾ ਜਿਉਂ ਜਲ ਮੀਨਾ। ਇਤਰਾਂ ਦਾ ਪਿਆਰ ਪੈ ਗਿਆ ਜਿਸ ਤਰ੍ਹਾਂ ਮੱਛੀ ਦਾ ਅਤੇ ਪਾਣੀ ਦਾ ਹੁੰਦਾ ਏ, ਚਾਤਰਕ ਜਿਵੇਂ ਤਸੰਤੀ ਆ, ਜਿਸ ਤਰ੍ਹਾਂ ਇੱਕ ਪਪੀਆ ਤਰਲੇ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ। ਅੰਦਰੋਂ ਬਰਲਾਪ ਹੁੰਦਾ ਏ ਪਪੀਏ ਵਾਂਗੂ, ਅੰਦਰੋਂ ਬਰਲਾਪ ਹੁੰਦਾ ਏ। ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਚੱਲੇ ਜੀਉ। ਜਿਨ੍ਹਾਂ ਨੂੰ ਇਸ਼ਕ ਹੋਇਆ ਕਿਤੇ ਉਹਨੂੰ ਰੱਤੇ ਇਸ਼ਕ ਖੁਦਾਏ ਰੰਗ ਦਦਾਰ ਕੇ, ਜਿਨ੍ਹਾਂ ਨੂੰ ਇਸ਼ਕ ਹੋ ਗਿਆ ਨਾ ਇਹਦੇ ਚਰਨਾਂ ਨਾਲ, ਉਹ ਤੇ ਰਾਤ ਦਿਨ ਵਾਹਿਗੁਰੂ 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 ਜੁੜੋ ਜੁੜੋ ਜੁੜੋ। ਨਾਮੀ ਤੱਕ ਲੈ ਕੇ ਜਾਂਦਾ ਜਪੋ। ਸਤਨਾਮ ਸ੍ਰੀ ਵਾਹਿਗੁਰੂ।
ਇੱਥੇ ਕੈਨੇਡਾ ਦੇ ਵਿੱਚ ਤੁਹਾਡੇ ਟੋਰਾਂਟੋ ਸ਼ਹਿਰ 'ਚ ਤੁਸੀਂ ਕਿਸੇ ਦੀ ਸ਼ਕਲ ਨਹੀਂ ਵੇਖੀ ਮਗਰ ਉਹਦਾ ਨਾਮ ਜਾਣਦੇ ਹੋ, ਅੱਖ ਵਾਹਿਗੁਰੂ ਕੀ ਆਖਿਆ, ਮਗਰ ਉਹਦਾ ਨਾਮ ਜਾਣਦੇ ਹੋ, ਉਹ ਤੁਹਾਡੇ ਕੋਲ ਵੀ ਤੁਰਿਆ ਫਿਰੇ ਅਤੇ ਤੁਸੀਂ ਉਹਨੂੰ ਪਛਾਣ ਨਹੀਂ ਸਕਦੇ। ਜਦੋਂ ਪੁੱਛਦੇ ਫਿਰੋਗੇ ਪੁੱਛਦੇ ਫਿਰੋਗੇ ਤਾਂ ਇੱਕ ਦਿਨ ਕੋਈ ਵਾਕਬ ਕਹੂਗਾ, ਆ ਹੀ ਤਾਂ ਹੈ ਜਿਹਨੂੰ ਤੂੰ ਲੱਭਦਾ ਹੈ, ਨਹੀਂ ਪਤਾ ਲੱਗਦਾ। ਨਾਮ ਤੋਂ ਨਾਮੀ ਤੱਕ ਪਹੁੰਚਿਆ ਜਾ ਸਕਦਾ ਹੈ, ਧਿਆਨ ਦਿਓ। ਜਿਹਨੂੰ ਵਾਹਿਗੁਰੂ ਹੱਥ ਵਿੱਚ ਆ ਗਿਆ ਉਹ ਵਾਹਿਗੁਰੂ ਤੱਕ ਪਹੁੰਚ ਸਕਦਾ ਹੈ। ਇਹਨੂੰ ਚੰਗੀ ਤਰ੍ਹਾਂ ਦ੍ਰਿੜ ਕਰਕੇ ਹੋਰ ਕੋਈ ਵੇ ਨਹੀਂ, ਨਾਮੀ ਤੱਕ ਨਾਮ ਲੈ ਕੇ ਜਾਂਦਾ ਹੈ। ਇਹ ਸ਼ਹਿਰ 'ਚ ਤੁਸੀਂ ਨਹੀਂ ਜਾਣਦੇ ਮੈਂ ਕਿਹਨੂੰ ਮਿਲਣਾ ਹੈ, ਮਗਰ ਤੁਹਾਡੇ ਕੋਲ ਉਹਦਾ ਨਾਮ ਹੈਗਾ ਹੈ। ਸੱਚੀ ਮੁੱਚੀ ਕੋਈ ਨਾ ਕੋਈ ਸੱਜਣ ਮਿਲ ਪਊਗਾ ਜਿਹੜਾ ਕਹੂਗਾ ਭਾਅ ਜੀ ਮੇਰੇ ਗਵਾਂਢ 'ਚ ਵੀ ਇੱਕ ਇਸ ਨਾਮ ਦਾ ਰਹਿੰਦਾ, ਆ ਮੈਂ ਤੈਨੂੰ ਲੈ ਜਾਂ। ਹੋ ਸਕਦਾ ਹੈ ਤੁਸੀਂ ਉਹਦੀ ਪਛਾਣ ਨਹੀਂ, ਜਦੋਂ ਗੱਲਾਂ ਬਾਤਾਂ ਹੋਣ ਤਾਂ ਤੁਸੀਂ ਸਮਝ ਲਓ ਹਾਂ 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 ਮੈਂ ਤੈਨੂੰ ਹੀ ਲੱਭਦਾ ਸਾਂ। ਨਾਮ ਨੂੰ ਫੜ ਲਓ ਘੁੱਟ ਕੇ, ਪਤਾ ਲੱਗਾ ਅਤੇ ਸਮੋਹਨ ਲਾਲ ਪਿਆਰੇ ਹਾਂ ਫਿਰੋ। ਅੱਜ ਤੋਂ ਬਾਅਦ ਜੇ ਤੁਹਾਨੂੰ ਕਹੇ ਵੀ ਕਿਹਨੂੰ ਕਿਹਾ ਹੈ ਸੁਣ ਯਾਰ ਹਮਾਰੇ ਸੱਜਣ, ਤਾਂ ਕੀ ਦੱਸੋਗੇ? ਟੁੱਟੀ ਹੋਈ ਜੀਵ ਆਤਮਾ ਇੱਕ ਚੁੜੀ ਹੋਈ ਨੂੰ ਇਹ ਤਰਲਾ ਪਾਉਂਦੀ ਆ ਵੀ ਮੇਰੀਏ ਭੈਣਾ ਮੈਂ ਤੇਰੇ ਚਰਨਾਂ 'ਚ ਬੇਨਤੀ ਕਰਦੀ ਹਾਂ, ਜਿਹਨੂੰ ਤੂੰ ਮਿਲੀ ਹੈ ਸੁਰਜਣ ਪਾਣੀ, ਬੋਲੋ ਤਾਂ ਰੰਗ ਗੁਲਾਲ, ਤੁਹਾਨੂੰ ਕੋ ਕਵੇ ਲਾਲ ਹੋ ਗਈ ਹੈ, ਨਹੀਂ ਲਾਲ ਹੋ ਗਈ ਹੈ ਅਤੇ ਜਵਾਬ ਇਹ ਨਾ ਦਿਓ ਵੀ ਮੈਂ ਕਰਤੂਤ ਬੜੀ ਚੰਗੀ ਕੀਤੀ, ਮੋਏ ਅਨਾਥ ਗਰੀਬ ਨਿਮਾਣੀ, ਇਹ ਸ਼ਬਦ ਬੋਲਿਓ। ਮੋਹੇ ਅਨਾਥ ਗਰੀਬ ਨਿਮਾਣੀ, ਬਾਂਹ ਪਕੜ ਪ੍ਰਭ ਕਿੰਨੀ ਰਾਣੀ, ਮੇਰੀ ਕਰਤੂਤ ਕੋਈ ਨਹੀਂ ਸੀ, ਉਹ ਦਿਆਲੂ ਹੀ ਐਡਾ ਸੀ। ਇੱਕ ਗੱਲ ਚੇਤੇ ਰੱਖਿਓ, ਆਖੋ ਵਾਹਿਗੁਰੂ ਮੈਂ ਇਸ ਕਰਕੇ ਨਹੀਂ ਉਹਨੂੰ ਪਿਆਰੀ ਲੱਗੀ ਵੀ ਮੈਂ ਸੋਹਣੀ ਹਾਂ, ਨਹੀਂ ਪਤਾ ਲੱਗਾ। ਜੇ ਸੋਹਣੀ ਕਰਕੇ ਪਿਆਰੀ ਲੱਗਦੀ ਹੁੰਦੀ ਤਾਂ ਬੜੇ ਬੜੇ ਇੱਕ ਤੋਂ ਇੱਕ ਚੰਬੇ ਦੀ ਰਾਣੀ ਵਰਗੀਆਂ ਆਈਆਂ ਸੀ ਗੁਰੂ ਗੋਬਿੰਦ ਸਿੰਘ ਕੋਲ। ਕਿਹੜੀ ਰਾਣੀ ਬੋਲੋ? ਚੰਬੇ ਦਾ ਹੁਸਨ ਦੁਨੀਆ 'ਤੇ ਮੰਨਿਆ ਹੈ ਪਹਾੜੀ ਹਿਮਾਚਲ ਵਿੱਚ, ਅਤੇ ਆਈ ਸੀ ਬੁਰਕਾ ਪਾ ਕੇ, ਉਹ ਉੱਥੋਂ ਤੁਰੀ ਆਉਂਦੀ ਲਾਈਨਾਂ ਲੱਗੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ 'ਚ ਆਨੰਦਾਂ ਦੀ ਪੁਰੀ 'ਚ ਮੇਰੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਉਦੋਂ ਭਾਰ ਜੋਬਨ ਦੇ ਵਿੱਚ ਸੀ, ਅਤੇ ਉਹਨੂੰ ਵੀ ਇਹ ਖਬਰਾਂ ਪਹੁੰਚੀਆਂ ਸੀ ਵੀ ਗੁਰੂ ਗੋਬਿੰਦ, ਪੁੱਤ ਕੀ ਗੱਲ ਹੈ, ਗੁਰੂ ਗੋਬਿੰਦ ਸਿੰਘ ਜੀ ਸੋਹਣੇ ਨੌਜਵਾਨ ਬੜੇ ਨੇ, ਜਿਹੜਾ ਇੱਕ ਵਾਰ ਵੇਖਦਾ ਹੈ ਨਾ ਅਤੇ ਹੁਸਨ ਦੇ ਜਾਲ ਵਿੱਚ ਫਸ ਜਾਂਦਾ ਹੈ ਫਿਰ ਕਿਤੇ ਨਹੀਂ ਜਾਂਦਾ, ਜਿਹਨੇ ਇੱਕ ਵਾਰ ਗੁਰੂ ਗੋਬਿੰਦ ਸਿੰਘ ਨੂੰ ਵੇਖਿਆ ਫਿਰ ਕਿਤੇ ਨਹੀਂ ਗਿਆ। ਚੰਬੇ ਦੀ ਰਾਣੀ ਉਹ ਉੱਥੇ ਆਈ, ਵੇਖਿਆ ਸਰਕਾਰ ਤਖ਼ਤ 'ਤੇ ਬੈਠੀ, ਜਿਹੜਾ ਮੱਥਾ ਟੇਕਣ ਆਉਂਦਾ ਹੈ ਉਹਨੂੰ ਚੁੱਕ ਕੇ ਆਪਣਾ ਤੀਰ, ਭਾਵੇਂ ਬੀਬਾ ਹੋਵੇ ਬੰਦਾ ਹੋਵੇ, ਉਹਦੇ ਮਸਤਕ ਨੂੰ ਛੁਆਉਂਦੇ ਨੇ ਅਤੇ ਇਸ਼ਾਰਾ ਕਰਦੇ ਦੀਵਾਨ ਵਿੱਚ ਬਹਿ ਜਾਓ। ਉਹ ਉੱਥੇ ਮੂੰਹ 'ਤੇ ਪੜਦਾ ਪਾ ਕੇ ਆਈ ਵੀ ਮੈਂ ਪਛਾਣੀ ਨਾ ਜਾਵਾਂ ਵੀ ਮੈਂ ਚੰਬੇ ਦੀ, ਉੱਚੀ ਬੋਲੋ ਮੈਂ ਚੰਬੇ ਦੀ ਰਾਣੀ ਹਾਂ, ਅਤੇ ਮੂੰਹ 'ਤੇ ਕੱਪੜਾ ਪਾ ਕੇ ਅਰਦਾਸ ਕਰਦੀ ਹੈ, ਸੁਣਿਆ ਹੈ ਵੀ ਤੂੰ ਅੰਤਰਜਾਮੀ ਹੈ। ਕਿਹਨੂੰ ਕਹਿੰਦੀ? ਇੱਕ ਵਾਰ ਮੂੰਹ 'ਤੇ ਭਰੋ ਅੰਮ੍ਰਿਤ ਨਾਲ, ਧੰਨ ਗੁਰੂ ਵੀ ਤੂੰ ਅੰਤਰਜਾਮੀ ਅਤੇ ਅੰਦਰ ਦੀਆਂ ਜਾਣ ਲੈਂਦਾ ਹੈ, ਅਤੇ ਉੱਥੋਂ ਆਉਂਦੀ ਨੇ ਆਖਿਆ ਮੈਂ ਹੱਥ ਜੋੜ ਕੇ ਅਰਦਾਸ ਕਰਦੀ ਵੀ ਮੇਰੇ ਮੱਥੇ ਨੂੰ ਤੀਰ ਨਾ ਛੁਆਇਓ, ਅਤੇ ਮੈਂ ਸਮਝੂੰਗੀ ਵੀ ਤੁਸੀਂ ਅੰਤਰਜਾਮੀ, ਤੁਸੀਂ ਮੇਰੀ ਪਿੱਠ 'ਤੇ ਹੱਥ ਫੇਰਿਓ। ਰਾਣੀ ਨੇ ਇਹ ਅਰਦਾਸ ਕੀਤੀ ਵੀ ਤੁਸੀਂ ਮੇਰੀ ਪਿੱਠ 'ਤੇ
ਹੱਥ ਫੇਰਿਓ, ਆ ਗਈ ਵਾਰੀ ਉਹਦੀ ਵੀ, ਅੱਖ ਵਾਹਿਗੁਰੂ ਪਕੜ ਰਹੇ ਹੋ ਨਾ ਜੀ, ਆ ਗਈ ਵਾਰੀ ਨਮਸਕਾਰ ਕੀਤੀ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਚੁੱਕਿਆ ਆਪਣਾ ਤੀਰ ਅਤੇ ਮਸਤਕ ਨੂੰ ਛੁਆਇਆ, ਮੂੰਹ ਤੋਂ ਪਰਦਾ ਦੂਰ ਕਰਕੇ ਚੰਬੇ ਦੀ ਰਾਣੀ 6.25 ਫੁੱਟ ਉੱਚੀ ਲੰਬੀ ਬੀਬੀ ਅਤੇ ਸਾਹਿਬ ਨੂੰ ਕਹਿੰਦੀ, ਤੈਨੂੰ ਤਾਂ ਕਹਿੰਦੇ ਨੇ ਲੋਕ ਤੂੰ ਅੰਤਰਜਾਮੀ ਹੈ ਅਤੇ ਮੇਰੀ ਅਰਦਾਸ ਨਹੀਂ ਪਹੁੰਚੀ ਤੇਰੇ ਤੱਕ ਵੀ ਮੈਂ ਕਿਹਾ ਸੀ ਮੇਰੀ ਪਿੱਠ 'ਤੇ ਹੱਥ ਫੇਰਿਓ, ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਮੇਰੀ ਇਹ ਧੀਏ ਤੇਰੀ ਅਰਦਾਸ ਮੇਰੇ ਕੋਲ ਆ ਗਈ ਸੀ, ਇਹ ਪੂਰਨ ਸੰਤ ਸੀ, ਅੱਖ ਵਾਹਿਗੁਰੂ ਇਹ ਉਹ ਸੀ ਜਿਹੜਾ ਪਰਤ ਰਿਹਾ ਰੂਪ ਨਾ ਪੇਖੇ, ਉਹ ਸੀ ਸਾਧੂ, ਧੀਏ ਤੇਰੀ ਅਰਦਾਸ ਮੇਰੇ ਤੱਕ ਪਹੁੰਚ ਗਈ ਸੀ, ਮਗਰ ਜਿਹੜਾ ਤੂੰ ਆਖਿਆ ਮੇਰੀ ਪਿੱਠ 'ਤੇ ਹੱਥ ਫੇਰ ਦਿਓ, ਪਿੱਠ ਮਾਤਾ ਜੀਤ ਕੌਰ ਦੇ ਸਰੀਰ ਤੋਂ ਬਿਨਾਂ ਇਹ ਮੇਰਾ ਹੱਥ ਕਿਸੇ ਪਰਾਈ ਔਰਤ ਦੇ ਸਰੀਰ ਨੂੰ ਨਹੀਂ ਲੱਗਾ, ਇਹ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕਰਦਾਰ, ਅੱਖ ਵਾਹਿਗੁਰੂ ਐਸੇ ਮੇਰੇ ਸਾਹਿਬ ਨੂੰ ਤਿਸ ਮੋਹਨ ਲਾਲ ਪਿਆਰੇ ਹਾਂ ਫਿਰੋਂ ਖੁਜੰਤੀਆ ਤਿਸ ਦੱਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀ ਜੈ ਨੈਣ ਹਮਾਰੇ ਪਿਰਿਆ ਰੰਗ ਰੰਗਾਰੇ ਇੱਕ ਤਿਲ ਵੀ ਨਾ ਤਰੀਜੇ ਪ੍ਰਭ ਸਿਉ ਮਨ ਲੀਨਾ ਜਿਉ ਜਲ ਮੀਨਾ ਚਾਤਰਕ ਜਿਵੇਂ ਤਸੰਤੀਆ ਜਨ ਨਾਨਕ ਗੁਰ ਪੂਰਾ ਪਾਇਆ ਸਗਲੀ ਤਿਖਾ ਬਜੰਤੀਆ। ਉਹਨੇ ਬੜਾ ਸੋਹਣਾ ਬਚਨ ਕੀਤਾ ਅੱਖ ਵਾਹਿਗੁਰੂ, ਉਹਨੇ ਆਖਿਆ ਮੈਂ ਸੋਹਣੀ ਹਾਂ ਇਸ ਕਰਕੇ ਨਹੀਂ ਚੰਗੀ ਲੱਗੀ, ਧਿਆਨ ਦਿਓ ਜੀ ਥੋੜ੍ਹਾ ਪਕੜਨ ਵਾਲਾ ਵਚਨ, ਮੇਰੀ ਸ਼ਕਲ ਸੂਰਤ ਸੋਹਣੀ ਮੈਂ ਇਸ ਕਰਕੇ ਉਹਨੂੰ ਪਿਆਰੀ ਨਹੀਂ ਲੱਗੀ, ਮੈਂ ਇਸ ਕਰਕੇ ਸੋਹਣੀ ਹਾਂ ਵੀ ਉਹਨੂੰ ਚੰਗੀ ਲੱਗ ਗਈ ਨਹੀਂ, ਅਜੇ ਮੇਰੇ ਕਰਕੇ ਮੈਂ ਸੋਹਣੀ ਨਹੀਂ ਲੱਗੀ, ਪੜਿਆ ਨਹੀਂ, ਮੈਂ ਇਸ ਕਰਕੇ ਸੋਹਣੀ ਹੋ ਗਈ ਹਾਂ ਕਿ ਉਹਨੂੰ ਪਾ ਗਈ ਹਾਂ ਸੁਰਜਣ ਭਾਨੀ ਤਾਂ ਰੰਗ ਗੁਲਾਲ, ਮੈਂ ਲਾਲੋ ਲਾਲ ਉਦਣ ਦੀ ਹੋਈ ਹਾਂ ਜਿੱਦਣ ਦੀ ਉਹਨੂੰ ਚੰਗੀ ਲੱਗ ਗਈ ਹਾਂ, ਮੇਰੇ ਕਰਕੇ ਨਹੀਂ ਮਿਲਿਆ। ਅੱਖ ਵਾਹਿਗੁਰੂ ਕੀ ਆਖਿਆ, ਮੇਰੇ ਕਰ ਉਹਦੀ ਦ੍ਰਿਸ਼ਟੀ ਕਰਕੇ ਮੈਂ ਇੰਨੀ ਲਾਲ ਹੋ ਗਈ ਹਾਂ, ਉਹਨੂੰ ਚੰਗੀ ਲੱਗੀ ਮੈਂ ਤਾਂ ਸੋਹਣੀ ਹਾਂ। ਅਜੇ ਪੜ੍ਹਨ ਵਾਲਾ ਇਹ ਬਚਨ, ਪਤਾ ਲੱਗਿਆ ਮੈਂ ਸੋਹਣੀ ਹਾਂ ਇਸ ਕਰਕੇ ਸੋਹਣੀ ਨਹੀਂ, ਇਸ ਕਰਕੇ ਸੋਹਣੀ ਹਾਂ ਵੀ ਮੈਂ ਉਹਨੂੰ ਲਟਰੀ 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 ਦਾ ਮਤਲਬ ਭੈਣੋ ਦੱਸੋ, ਲੰਗੀ ਲੰਗੀ ਲੰਗਾ ਮਾਰ ਕੇ ਤੁਰਨ ਵਾਲੀ ਲਟਰੀ ਮਧਰੀ, ਨਿੱਕੇ ਜਿਹੇ ਘਰ ਦੀ ਲਟਰੀ ਮਧਰੀ ਠਾਕੁਰ ਭਾਈ, ਬੋਲੋ ਇੱਥੋਂ ਪਤਾ ਲੱਗਾ ਤੁਸੀਂ ਜੁੜੇ ਨਹੀਂ, ਤਗੜੇ ਹੋ ਨਾ, ਇੱਕ ਲੰਗੀ ਵਿਚਾਰੀ ਇੱਕ ਮਧਰੀ ਜੀ, ਲਟਰੀ ਮਧੁਰੀ ਠਾਕੁਰ ਲੰਗੀ ਜੀ ਅਤੇ ਮਧਰੇ ਜੇ ਕੱਦ ਦੀ ਉਹਨੂੰ ਜੋ ਭਾਵੇ ਪਿਰ ਸਾ ਭਲੀ, ਜਿਹੜੀ ਉਹਨੂੰ ਚੰਗੀ ਲੱਗ ਗਈ ਉਹ ਭਲੀ ਹੋ ਗਈ। ਉਹਨੇ ਆਖਿਆ ਜਨ ਨਾਨਕ ਗੁਰਪੂਰਾ ਪਾਇਆ ਸਗਲੀ ਤਿਖਾ ਬੁਝ, ਸਾਰੀਆਂ ਪਿਆਸਾਂ ਬੁਝ ਗਈਆਂ। ਅੱਗੇ ਸ਼ਬਦ ਹੋਰ ਬੜਾ ਪਿਆਰਾ ਹੈ, ਜੇ ਕਿਤੇ ਤੁਸੀਂ ਹੁਣ ਜੁੜੇ ਬੈਠੇ ਹੋ ਯਾਰ ਵੇ, ਬੋਲੋ ਇਹਨੂੰ 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 ਪਿਤਾ ਜੀ ਨੂੰ ਯਾਰ ਵੇ, ਪਿਰਿਆ ਹੱਬੇ ਸਖੀਆਂ, ਪਿਰਿਆ ਪਿਰਿਆ ਮੈਨੇ
ਪਤੀ ਪਰਮੇਸ਼ਰ, ਇਹ ਸਾਰੀਆਂ ਜਿੰਨੀਆਂ ਸੀ ਇਹ ਪਤੀ ਦੀਆਂ ਹੀ ਨੇ, ਆਹ ਵੀ ਜਿੰਨੇ ਬੈਠੇ ਇਹ ਵੀ ਪਤੀ ਦੀਆਂ ਨੇ, ਉਹ ਜਿਹੜੀਆਂ ਬੈਠੀਆਂ ਉਹ ਵੀ ਪਤੀ ਦੀਆਂ ਨੇ, ਸਾਰੀਆਂ ਹਮ ਸਹਿ ਕੇਰੀਆਂ ਦਾਸੀਆਂ, ਬੋਲੋ ਅਸੀਂ ਸਾਰੀਆਂ ਉਸ ਮਾਲਕ ਦੀਆਂ ਦਾਸੀਆਂ ਵਾ। ਮੰਨ ਲਿਓ ਚੰਗੇ ਰਹੋਗੇ, ਆਖੋ ਵਾਹਿਗੁਰੂ ਯਾਰ ਵੇ ਪ੍ਰਿਆ ਹੱਬੇ ਸਖੀਆਂ ਮੂੰ ਕਹੀ ਨਾ ਜੇਈਆ, ਮੂੰ ਕਹੀ ਨਾ। ਸਾਹਮਣੇ ਵੇਖ ਲਿਆ ਜੀ, ਮੈਂ ਅਰਥ ਕਰੋਗੇ ਜੀ, ਨਿਹੰਗ ਸਿੰਘ ਜੀ, ਅੱਛਾ ਤੁਸੀਂ ਵੀ ਕੋਈ ਜਾਣਾ, ਮੂੰ ਕਹੀ ਨਾ ਜੇਹੀ ਆ, ਇਹ ਸਾਰੀਆਂ ਉਹਦੀਆਂ ਨੇ, ਮਗਰ ਇੱਕ ਮੈਂ ਬਦਨ ਸੀਮਾ ਮੈਂ ਕਿਸੇ ਵਰਗੀ ਵੀ ਨਹੀਂ, ਕਿਉਂਕਿ ਮੈਂ ਉਹਦੀ ਨਹੀਂ ਪਤਾ ਲੱਗਾ, ਮੈਂ ਮੂੰ ਇਹ ਸਾਰੀਆਂ ਉਹਦੀਆਂ ਨੇ ਤਾਂ ਚੰਗੀਆਂ ਨੇ, ਆਖੋ ਵਾਹਿਗੁਰੂ ਇਹ ਚੰਗੀਆਂ ਤਾਂ ਨੇ ਕਿਉਂਕਿ ਇਹ ਸਾਰੀਆਂ ਉਹਦੀਆਂ ਨੇ। ਯਾਰ ਵੇ ਪ੍ਰਿਆ ਹੱਬੇ ਸਖੀਆਂ ਮੂੰਹ ਕਹੀ ਨਾ ਜੇਈਆ, ਯਾਰ ਵੇ ਇੱਕ ਡੂੰ ਇੱਕ ਚਾੜੇ ਹਾਂ ਕਿਸ ਚ ਤੇਹੀ ਆ, ਹਾਂ ਮੇਰਾ ਦੋਸਤ ਦਾ ਇਹਨਾਂ 'ਚ ਇੱਕ ਤੋਂ ਇੱਕ ਚੜ੍ਹਦੀ ਬੈਠੀ, ਕਿਸੇ ਨੂੰ ਨਹੀਂ ਪਤਾ ਵੀ ਕੌਣ ਕਿੰਨੇ ਪਾਣੀ 'ਚ ਆ। ਇੱਥੇ ਬਹੁਤਾ ਬੁੱਲ ਹਿਲਾਉਣ ਵਾਲਾ ਹੋ ਸਕਦਾ ਦੂਰ ਹੋਵੇ, ਆਖੋ ਵਾਹਿਗੁਰੂ, ਬਹੁਤਾ ਦਿਖਾਵਾ ਕਰਨ ਵਾਲਾ ਹੋ ਸਕਦਾ ਹੈ, ਜਿਨ ਪੱਟ ਅੰਦਰ ਬਾਹਰ ਗੁੱਦੜ, ਜਿਨ੍ਹਾਂ ਦੇ ਪੱਟੇ ਕੱਪੜੇ ਹੋਣ ਅਤੇ ਬਾਹਰ ਲੀਰਾਂ ਹੋਣ, ਆਖੋ ਵਾਹਿਗੁਰੂ, ਅੰਦਰ ਰੇਸ਼ਮ ਹੋਵੇ ਅੰਦਰੋਂ ਜੁੜਿਆ, ਵਾਹਿਗੁਰੂ 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 ਵਾਹਿਗੁਰੂ। ਭੈਣੋ ਭੈਣੋ ਬੱਚਿਓ ਚਲੋ ਉੱਥੇ ਆਪਣੀ ਸੁਰਤ ਨੂੰ ਸ਼ਬਦ ਵਿੱਚ ਲੈ ਕੇ ਜਾਓ, ਵਾਹਿਗੁਰੂ 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 ਗੁਰੂ ਗੁਰੂ ਚਿੱਤ ਜੋੜ ਕੇ, ਚਿੱਤ ਜੋੜ ਕੇ ਨੱਕ ਦੀ ਕਰੂਮੜੀ ਤੇ ਵੇਖੋ, ਨਾਮ ਜਪਦੇ ਨਾ ਧਿਆਨ ਨੱਕ ਦੀ ਕਰੂਮੜੀ ਤੇ ਲਿਆਓ, ਜ਼ਰੂਰੀ ਹੈ, ਜ਼ਰੂਰੀ ਹੈ ਜਪਣਾ। ਧੀਓ ਆਵਾਜ਼ ਘੱਟ ਆ ਰਹੀ ਮੇਰੀ, ਬੱਚੀਓ ਲਾਓ ਨਾ ਸਾਬਣ ਘੁੱਟ ਕੇ, ਸ਼ੀਸ਼ਾ ਇੰਨਾ ਸਾਫ਼ ਹੋ ਜੇ ਵਿੱਚੋਂ ਮੂੰਹ ਦਿਸ ਪਏ। ਚੇਤਾ ਰੱਖੋ ਯਾਰ ਵੇ ਹਿੱਕ ਨੂੰ ਹਿੱਕ ਚਾੜੇ, ਇਹਦਾ ਮਤਲਬ
ਹਾਂ ਜੇ ਮੈਂ 5 ਪਾਠ ਕਰਦੀ ਹਾਂ ਤਾਂ ਅੱਗੇ 11 ਵਾਲੇ ਬੈਠੇ ਨੇ, ਜੇ ਮੈਂ 11 ਪਾਠ ਪੜ੍ਹਦੀ ਹਾਂ ਤਾਂ ਅੱਗੇ 21 ਵਾਲੇ ਬੈਠੇ ਨੇ, ਜੇ ਮੈਂ 1 ਘੰਟਾ ਅਭਿਆਸ ਕਰਦੀ ਹਾਂ ਤਾਂ ਅੱਗੇ 5-5 ਘੰਟਿਆਂ ਦੇ ਅਭਿਆਸੀ ਬੈਠੇ। ਹਿੱਕ ਡੂੰ ਹਿੱਕ ਚਾੜੇ ਅਨਕ ਪਿਆਰੇ, ਅਨਕ ਤੇ ਅੰਮ੍ਰਿਤ ਵੇਲੇ ਉੱਠ ਕੇ ਨਿਤ ਕਰਦੇ ਭੋਗ ਬਲਾਸਾ, ਨਿਤ ਕਰਦੇ ਸ਼ਬਦ ਤੇ ਸੁਰਤ ਦੇ ਭੋਗ 'ਚ ਲੁੱਟਦੇ ਨੇ, ਸ਼ਬਦ ਤੇ ਸੁਰਤ ਨੂੰ ਜੋੜਦੇ ਨੇ, ਇਸ ਪਰਮ ਭੋਗ ਵਿੱਚ ਜੁੜਦੇ। ਨਮੋ ਭੋਗ ਭੋਗੇ, ਨਮੋ ਰੋਟੀ ਖਾਣੀ ਇਹ ਵੀ ਭੋਗਣਾ ਹੈ, ਆਖੋ ਵਾਹਿਗੁਰੂ। ਸੰਸਾਰ ਦੇ ਹਰ ਪਦਾਰਥ ਨੂੰ ਭੋਗ ਵੀ ਕਹਿੰਦੇ ਆ, ਵੀ ਇਹਨੂੰ ਭੋਗਿਆ ਉਹਨੇ, ਚੰਗੀ ਤਰ੍ਹਾਂ ਸੁੱਖ ਭੋਗ ਰਿਹਾ ਹੈ, ਚੰਗੀ ਤਰ੍ਹਾਂ ਸਰਦਾਰੀ ਭੋਗ ਰਿਹਾ, ਪਤਾ ਲੱਗਾ। ਮਗਰ ਇੱਕ ਹੈ ਨਮੋ ਭੋਗ ਭੋਗੇ, ਉਹ ਕੀ ਆ? ਵਾਹਿਗੁਰੂ 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 ਤਗੜੇ ਹੋ ਸਤਨਾਮ ਸ੍ਰੀ। ਆਹ ਸ਼ਬਦ ਚੰਗੀ ਤਰ੍ਹਾਂ ਇੱਕ ਵਾਰ ਫਿਰ ਪੀਓ, ਨਿਤ ਕਰਦੇ ਭੋਗ ਬਿਲਾਸ ਦਾ ਮਤਲਬ ਸੁਰਤ ਅਤੇ ਸ਼ਬਦ ਦੇ ਭੋਗ ਨੂੰ ਇੱਕ ਰਸ ਹੋ ਕੇ ਭੋਗਦੇ, ਸੁਰਤ ਇਹ ਭੋਗ ਕਰਦੇ ਅੰਮ੍ਰਿਤ ਵੇਲੇ ਉੱਠ ਕੇ, ਨਿਤ ਕਰਦੇ। ਅਤੇ ਬੜੀ ਪਿਆਰੀ ਅੱਗੇ ਬੇਨਤੀ ਆ, ਤਿੰਨਾਂ ਦੇਖ ਉਹਨਾਂ ਵੱਲ ਵੇਖ ਕੇ ਮਨ ਚਾਓ ਅਠੰਦਾ, ਮੇਰੇ ਮਨ 'ਚ ਵੀ ਚਾਹ ਉੱਠਦਾ ਹੈ। ਹੌਂ ਕਦ ਪਾਈ ਉਹ ਭਾਗਾਂ ਵਾਲੀ ਘੜੀ, ਹਾਜ਼ਰ ਰਹੋ, ਹੱਥ ਜੋੜੋ, ਪੁੱਤ ਸਿੱਧੇ ਹੋ ਕੇ ਬੈਠੋ, ਉਹ ਭਾਗਾਂ ਵਾਲੀ ਘੜੀ ਮੇਰੇ 'ਤੇ ਕਿੱਦਣ ਆਊਗੀ? ਮੇਰੀਆਂ ਅੱਖੋ ਵਾਹਿਗੁਰੂ, ਇਹ 9 ਦਰਵਾਜ਼ਿਆਂ ਤੋਂ ਸੁਰਤ ਮੇਰੀ ਕਿੱਦਣ ਉੱਤੇ 10ਵੇਂ 'ਤੇ ਜਾਊਗੀ? ਹਾਜ਼ਰੋ, 9 ਦਰਵਾਜ਼ ਨਵੇਂ ਦਰ ਫਿੱਕੇ, 9 ਦਰਵਾਜ਼ ਜਿਹੜੇ 9 ਦਰਵਾਜ਼ੇ ਨਾ, ਅੱਖਾਂ ਨਾਲ ਜੋ ਵੇਖਿਆ ਸਭ ਫਿੱਕਾ ਵੇਖਿਆ, ਕੰਨਾਂ ਨਾਲ ਜੋ ਸੁਣਿਆ ਸਭ ਫਿੱਕਾ ਹੈ, ਅੱਖੋ ਵਾਹਿਗੁਰੂ, ਜੀਭਾਂ ਨਾਲ ਜੋ ਬੋਲਿਆ ਸਭ ਫਿੱਕਾ ਹੈ। 9 ਦੇ 9 ਦਰਵਾਜ਼ੇ ਗੁਰਬਾਣੀ 'ਚ ਲਿਖਿਆ, 9 ਦਰਵਾਜ਼ ਨਵੇਂ ਦਰ ਫਿੱਕੇ। ਫਿਰ ਮਹਾਰਾਜ ਰਸ ਕਿੱਥੋਂ ਵਗਦਾ? ਕਹਿੰਦੇ 10ਵੇਂ 'ਚੋਂ। ਕਿੱਥੋਂ? 10ਵੇਂ 'ਚੋਂ। ਉਦਨ ਆਪਾਂ ਜੂਮ 'ਤੇ ਕਥਾ ਕੀਤੀ ਸੀ, ਆਖੋ ਵਾਹਿਗੁਰੂ। ਗਗਨ ਰਸਾਲ ਚੋਏ ਮੇਰੀ ਭਾਠੀ, ਭਾਠੀ ਵੇਖੀ, ਭਾਠੀ ਸ਼ਰਾਬ ਕੱਢਣ ਵਾਲੀ ਭੱਠੀ, ਕਿਸੇ ਬਜ਼ੁਰਗ ਨੇ ਵੇਖੀ ਹੋਊ, ਚਲੋ ਚੰਗੀ ਗੱਲ ਨਹੀਂ ਵੇਖੀ। ਪਿੱਛੇ ਲੋਕ ਕੱਢਦੇ ਸੀ ਨਾ ਭੱਠੀ ਲਾ ਕੇ ਅਤੇ ਦੇਸੀ ਸ਼ਰਾਬ, ਬਾਬਾ ਕਬੀਰ ਕਹਿੰਦਾ ਮੈਂ ਵੀ ਲਾਈ ਇੱਕ ਭੱਠੀ ਅੰਦਰ, ਆਖੋ ਵਾਹਿਗੁਰੂ। ਇਹ ਅਤੇ ਉਹ ਜਿਹੜੀ ਭੱਠੀ ਦੇ ਵਿੱਚੋਂ ਜਿੱਥੋਂ ਉੱਥੇ ਦੇ ਭੱਠੀ 'ਚੋਂ ਵਗਦਾ ਨਾ ਤੁਬਕਾ ਤੁਬਕਾ, ਮੇਰੇ ਇੱਥੋਂ ਵਗਦਾ ਹੈ। ਵਾਹਿਗੁਰੂ 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 ਵਾਹਿਗੁਰੂ। ਅਤੇ ਪੁੱਛਣ ਵਾਲੇ ਨੇ ਪੁੱਛਿਆ ਵੀ ਉਸ ਭੱਠੀ ਦੇ ਥੱਲੇ ਦੇ ਅੱਗ ਬਾਲਦੇ, ਪਾਥੀਆਂ ਦੀ ਬਾਲਦੇ, ਲੱਕੜਾਂ ਦੀ?
ਜੀ ਬੋਲਿਆ ਕਰੋ ਬਾਈ। ਕਾਹਦੀ ਕਾਹਦੀ ਪਾਥੀਆਂ ਦੀ, ਲੱਕੜਾਂ ਦੀ ਅੱਗ ਬਾਲਦੇ, ਅਤੇ ਇੱਥੇ ਤਾਂ ਕੁਛ ਵੀ ਨਹੀਂ ਬਲ ਰਿਹਾ, ਫਿਰ ਚੋਅ ਕਿਤਨਾ ਰਿਹਾ ਉੱਤੋਂ? ਹਾਜ਼ਰੋ ਉੱਥੋਂ ਅਤੇ ਸ਼ਬਦਿਆ ਸੰਚ ਮਹਾਰਸ, ਸੰਚ ਤਨ ਭਇਆ ਕਾਠੀ, ਜਿਹੜਾ ਤਨ ਨੇ ਆਉਂਦਾ ਤਨ ਮੇਰਾ, ਇਹਦੀਆਂ ਜਿਹੜੀਆਂ ਵਾਸ਼ਨਾਵਾਂ ਨੇ, ਪਤਾ ਲੱਗਾ ਜੀ ਜਿੰਨੀਆਂ ਤਸ਼ਨ ਤਨ ਦੀਆਂ, ਇਹਨਾਂ ਦੀ ਮੈਂ ਅੱਗ ਬਾਲੀ, ਜੋ ਇੱਛਾਵਾਂ ਨੇ ਮੇਰੀਆਂ ਸਭ ਸਾੜਤੀਆਂ ਮੈਂ, ਅਤੇ ਉਹ ਕੀ ਬਣ ਗਈਆਂ ਅੱਗ, ਅਤੇ ਉਸ ਅੱਗ ਦੇ ਉੱਤੋਂ ਇੱਥੋਂ ਗਗਨ ਰਸਾਲ, ਗਗਨ ਬਣੇ ਦੱਸੋ ਦੁਆਰਾ, ਗਗਨ ਰਸਾਲ ਚੋਏ ਮੇਰੀ ਪਾਠੀ, ਸੰਚ ਮਹਾਰਸ ਤਨ ਭਇਆ ਕਾਠੀ, ਅਤੇ ਉਹ ਤਨ ਦੀਆਂ ਲੱਕੜਾਂ, ਕਾਠੀ ਬਣੇ ਕਾਠ, ਕਾਠ ਬਣੇ ਬੋਲੋ ਲੱਕੜਾਂ, ਲੱਕੜਾਂ ਮੈਂ ਕਾਹਦੀਆਂ, ਆਪਣੀਆਂ ਇੱਛਾਵਾਂ, ਦੁਨਿਆਵੀ ਇੱਛਾਵਾਂ ਸਾੜ ਸੁੱਟੀਆਂ ਨੇ ਮੈਂ, ਉਹਦੇ ਸੇਕ ਨਾਲ ਉੱਥੇ ਜਾ ਕੇ ਵਗ ਰਿਹਾ। ਅਤੇ ਉਹਨਾਂ ਨੇ ਕਿਹਾ ਫਿਰ ਉੱਥੋਂ ਦੀ ਅਵਸਥਾ ਕੀ ਹੈ? ਵਾ ਕੋ ਕਹੀਏ, ਵਾ ਕੋ ਕਹੀਏ ਸਹਿਜ ਮਤਵਾਰਾ, ਜਿਹੜਾ ਉੱਥੋਂ ਦੀ ਪੀ ਰਿਹਾ ਹੈ ਨਾ, ਉਹਨੂੰ ਕਹਿੰਦੇ ਸਹਿਜ ਅਵਸਥਾ 'ਚ ਮਸਤ ਹੋਈ ਜੀਵ ਆਤਮਾ। ਵਾ ਕੋ ਕਹੀਏ, ਪਤਾ ਲੱਗਿਆ ਜੀ, ਅੱਗੇ ਆ ਜਾ, ਆਖੋ ਵਾਹਿਗੁਰੂ। ਨਿਤ ਕਰਦੇ ਭੋਗ ਬਲਾਸਾ, ਤਿਨਾ ਦੇਖ ਮਨ ਚਾਓ ਉਠੰਦਾ, ਹਉ ਕਦ ਪਾਈ ਗੁਣ ਤਾਸਾ, ਜਿੰਨੀ ਮੈਂਡਾ ਲਾਲ ਰਜਾਇਆ, ਹਉ ਤਿਸ ਆਗੇ ਮਨ ਡੇਹੀਆਂ, ਨਾਨਕ ਕਹੇ ਸੁਨ ਬਿਨੋ ਸੁਹਾਗਣ, ਮੂੰਹ ਦੱਸ ਦਿਖਾ ਫਿਰ ਕਿਹੀਆਂ, ਮੂੰਹ ਦੱਸ ਦਿਖਾ ਫਿਰ ਕਿਹੀਆਂ। ਮਤਲਬ ਉਹਦਾ ਪਤਾ ਲੱਗ ਜੂ ਜੀ, ਬੰਬੇ ਵਾਲੇ ਆ ਮਾਰੋ ਇਹਨੂੰ, ਕਿੱਥੇ ਚਲੇ ਗਿਆ? ਮੂੰਹ ਦੱਸ ਦਿਖਾ, ਮਤਲਬ ਵੀ ਮੈਨੂੰ ਉਸ ਪਤੀ ਬਾਰੇ ਦੱਸ ਅਤੇ ਦਿਖਾ ਫਿਰ ਕਿਹੀਆਂ, ਮੇਰਾ ਪਤੀ ਕਿਹੋ ਜਿਹਾ ਹੈ, ਮੇਰਾ ਪਤੀ। ਸੁਹਾਗਣ ਨੂੰ ਕਹਿੰਦੀ, ਨਾਨਕ ਕਹੇ ਸੁਣ ਬਿਨੋ ਸੁਹਾਗਣ, ਮੂੰਹ ਦੱਸ। ਪੜ੍ਹ ਪੜ੍ਹ ਕੇ ਤਾਂ ਆਪਾਂ ਗੱਡੀ ਲੱਦੀ ਹਾਂ, ਪੜ੍ਹ ਪੜ੍ਹ ਕੇ ਤਾਂ ਗਾਂ ਨੰਗ ਹੈ, ਕਈ ਸਹਿਜ ਪਾਠ ਕੀਤੇ ਨੇ, ਕਿਤੇ ਇੱਕ ਇੱਕ ਤੁਕ ਦੇ ਵਿੱਚੋਂ ਰੱਬ ਦੇ ਦੀਦਾਰ ਹੁੰਦੇ ਨੇ ਬਾਣੀ ਦੇ ਵਿੱਚੋਂ। ਮੂੰਹ ਦੱਸ, ਮੂੰਹ ਮੈਨੂੰ, ਮੂੰਹ ਮੈਨੂੰ ਦੱਸ, ਦਿਖਾ ਮੈਨੂੰ ਵਿਖਾ ਫਿਰ ਕਿਹੋ ਜਿਹਾ, ਕਿਹੀਆਂ ਦਾ ਮਤਲਬ ਕਿਹੋ ਜਿਹਾ। ਗੁਰੂ ਕਿਰਪਾ ਕਰੇ, ਅੱਜ ਦੇ ਬਚਨ ਦੀ ਵਿਚਾਰ ਕਰਾਂ, ਚੰਗੀ ਤਰ੍ਹਾਂ ਜੁੜੋ ਬਾਣੀ ਨੂੰ, ਪ੍ਰੇਮ ਨਾਲ ਪੜ੍ਹੋ ਬਾਣੀ, ਉਚਰੇ ਸਾਧ ਜਾਨ, ਇਤਰਾਂ ਜਿਤਰਾਂ ਅਮਿਓ ਚੱਲੇ ਚੱਲੇ, ਅੰਮ੍ਰਿਤ ਬਾਣੀ ਉੱਤੋਂ ਉੱਤੋਂ ਨਹੀਂ ਘੱਟਤੇ ਉਚਰੋ, ਇਤਰਾਂ ਲਿਖਿਆ ਜੀ, ਅੰਮ੍ਰਿਤ ਬਾਣੀ ਅੰਦਰੋਂ ਉਚਾਰਨ ਕਰੋ, ਅਤੇ ਇੱਕ ਇੱਕ ਤੁਕ ਪੜ੍ਹ ਕੇ ਅਤੇ ਉਹਨੂੰ ਐਵੇਂ ਹਵਾ 'ਚ ਨਾ ਛੱਡੋ, ਆਤਮਕੋ ਸਮਝਾਓ, ਆਪਣੇ ਆਪ ਨੂੰ ਸਮਝਾਓ। ਭੈਣੋ ਪਤਾ ਲੱਗਾ ਮੈਂ ਕੀ ਕਿਹਾ? ਅੰਮ੍ਰਿਤ ਬਾਣੀ ਘੱਟ ਤੇ ਉਚਰੋ, ਅੰਦਰੋਂ ਉਚਾਰਨ ਕਰੋ ਬਾਣੀ, ਅਤੇ ਆਤਮ ਕੋ ਸਮਝਾਓ, ਬੋਲੋ। ਸੱਤਰ ਦੋਏ ਭਰੇ ਅੰਮ੍ਰਿਤ ਸਰ, ਬੋਲੋ ਸੱਤਰ ਦੋਏ। ਸੱਤਰ ਦੋਏ ਦਾ ਮਤਲਬ, ਹਾਂਜੀ, 72 ਨਾੜੀਆਂ ਅੰਮ੍ਰਿਤ ਨਾਲ ਭਰ, ਆਤਮਾਤਮਕ ਬਾਣੀ ਨੂੰ ਸਮਝਾ ਕੇ, 72 ਨਾੜੀਆਂ ਨੇ ਨਾ ਅੰਦਰ,
ਅਤੇ ਇਹਦੇ ਵਿੱਚੋਂ ਵਿਖ ਕਹੋ, ਉੱਤੇ ਵੇਖੋ ਵਿਖ ਕਹੋ, ਜੇ ਅੱਖਾਂ 'ਚ ਜ਼ਹਿਰ ਆ ਅਤੇ ਇਹਨਾਂ ਵਿੱਚੋਂ ਜ਼ਹਿਰ ਕੱਢੋ। ਇਹ ਨੇਤਰੋ ਮੇਰੇ ਹੋ ਹਰ ਤੋਂ ਮੈਂ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ। ਇਹ ਵਿਸ ਵਿਸ ਵਿਖ ਕਹੋ, ਅੱਖਾਂ 'ਚ ਜਿਹੜਾ ਜ਼ਹਿਰ ਛੁਪਿਆ ਪਿਆ ਹੈ ਪਰਾਇਆ ਰੂਪ ਵੇਖਣ ਦਾ, ਇਹਨੂੰ ਬਾਣੀ ਪੜ੍ਹ ਪੜ੍ਹ ਕੇ ਵਿਖ ਕਹੋ, ਮਾਰ ਕਢਾਵੋ, ਵਿਖ ਕਹੋ। ਇਤਰਾਂ ਬਾਣੀ ਦੇ ਵਿੱਚੋਂ ਸਰਕਾਰ ਨੇ ਦਰਸ਼ਨ ਕਰਾਏ ਨੇ। ਭਾਈ ਮੇਰੇ ਵੀਰੋ ਗੁਰਸਿੱਖੋ, ਬਾਣੀ ਬੜਾ ਵੱਡਾ ਖਜ਼ਾਨਾ ਹੈ। ਆਖੋ ਵਾਹਿਗੁਰੂ, ਤੂੰ ਸਾਗਰੋ ਰਤਨਾਗਰੋ ਹਾਂ ਸਾਰ ਨਾ ਜਾਣਾ ਤੇਰੀ ਰਾਮ। ਆਹ ਸੀ ਗੁਰੂ ਕੇ ਸਿੱਖ ਜੇ, ਜਿਨ੍ਹਾਂ ਨੇ ਉਹਨਾਂ ਡਬਈ ਵਾਲਿਆਂ ਕੋਲ ਤੇਲ ਦੇ ਸਮੁੰਦਰ ਆ। ਆਖੋ ਵਾਹਿਗੁਰੂ ਕਾਹਦੇ ਜੀ, ਅਤੇ ਉਹ ਸਾਰੀ ਦੁਨੀਆ 'ਤੇ ਰਾਜ ਕਰ ਰਹੇ, ਅਮੀਰ ਦੇਸ਼ ਬਣੇ, ਅਮੀਰ ਦੇਸ਼ ਬਣੇ। ਆ ਸਿੱਖ ਜੇ ਜਿਹਦੇ ਕੋਲ ਸਮੁੰਦਰ ਆ ਰਤਨਾਂ ਦਾ, ਕਾਹਦਾ ਜੀ, ਤੂੰ ਸਾਗਰੋ, ਮਗਰ ਮੈਂ ਬਦਕਿਸਮਤ ਵੇਖ ਹਾਂ ਸਾਰ ਨਾ ਜਾਣਾ, ਮੈਨੂੰ ਪਤਾ ਹੀ ਨਹੀਂ ਮੇਰੇ ਘਰ ਰਤਨਾਂ ਦਾ ਸਮੁੰਦਰ ਆ। ਮੈਂ ਕੇਵਲ ਕੜਾਹ ਪ੍ਰਸ਼ਾਦ ਚੜ੍ਹਾਉਣ ਜੋਗੀ ਰਹਿ ਗਈ, ਸਾਹਿਬ ਨੂੰ ਰੁਮਾਲੇ ਬਖਸ਼ਿਸ਼ ਭੇਟਾ ਕਰਨ ਜੋਗੀ ਰਹਿ ਗਈ। ਨਾ ਮੈਂ ਪੜ੍ਹਿਆ ਨਾ ਮੈਂ ਵਿਚਾਰਿਆ, ਪਿਓ ਦਾਦੇ ਕਾ ਤਾਂ ਮੇਰੇ ਮਨ, ਇਹਦੇ ਵਿੱਚੋਂ ਤਾਂ ਆਪ ਅਮੀਰ ਹੋਣਾ ਸੀ। ਖਾਵੇ ਖਰਚੇ ਰਲ ਮਿਲ ਭਾਈ, ਕਮਾਲ ਦੀ ਗੱਲ ਆ। ਕਾਬਲ ਦੇ ਉੱਤੇ ਹੁਣ ਸਾਰੇ ਦੇਸ਼ਾਂ ਦੀ ਅੱਖ ਪਤਾ ਕਿਉਂ ਆ? ਉੱਥੇ ਬੜੀਆਂ ਬੜੀਆਂ ਖਣਿਜਾਂ ਨੇ, ਹੀਰਿਆਂ ਦੀਆਂ, ਸੋਨੇ ਦੀਆਂ, ਹੋਰ ਚੀਜ਼ਾਂ ਦੀਆਂ, ਤਾਂ ਸਾਰੇ ਦੇਸ਼ ਉੱਤੇ ਐਂ ਬਾਜ ਵਾਲੀ ਅੱਖ ਰੱਖ ਕੇ ਬੈਠੇ। ਕੋਈ ਕਹਿੰਦਾ ਮੇਰੇ 'ਤੇ ਕਬਜ਼ਾ ਹੋ ਜੇ, ਕੋਈ ਕਹਿੰਦਾ ਮੇਰੇ 'ਤੇ ਮੇਰਾ ਕਬਜ਼ਾ ਹੋ ਜੇ, ਮਗਰ ਆਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਭਰਿਆ ਸਮੁੰਦਰ, ਹੀਰਿਆਂ ਜਵਾਹਰਾਤਾਂ ਦਾ ਗੁਰਸਾਗਰ, ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ। ਇਹ ਅਸੀਂ ਹੰਸ ਬਣੇ ਨਾ, ਅਤੇ ਹੀਰੇ ਦੀ ਪਛਾਣ ਕਿਹਨੂੰ ਹੁੰਦੀ? ਹੰਸ ਨੂੰ, ਬੋਲੋ। ਅਸੀਂ ਬਾਣਾ ਤਾਂ ਪਾਇਆ ਸਿੱਖਾਂ ਵਾਲਾ, ਮਗਰ ਬਿਰਤੀ ਬਗਲਿਆਂ ਵਾਲੀ ਰਹਿ ਗਈ, ਡੱਡੀ ਮੱਛੀ ਚੁਗਣ ਜੋਗੀ। ਹੀਰਿਆਂ ਦੀ ਸਾਨੂੰ ਪਛਾਣ ਨਾ ਹੋਈ, ਅਤੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪਛਾਣਿਆ ਹੀ ਨਾ। ਜਿਨੀ ਪਛਾਤਾ ਸੱਚ, ਬੋਲੋ। ਚੁੰਮਾ ਪੈਰ ਮੂੰਹ, ਚੁੰਮਾ ਪੈਰ ਮੂੰਹ, ਮੈਂ ਉਹਦੇ ਪੈਰ ਚੁੰਮਾ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਛਾਣ ਲਿਆ ਹੈ। ਅਤੇ ਜਿਹੜੇ ਪਛਾਣਦੇ ਆ ਉਹ ਨੇਮ ਨਹੀਂ ਫਿਰ। ਆਖ ਵਾਹਿਗੁਰੂ, ਤੁਹਾਡਾ ਕੋਈ ਦੋਸਤ ਆ ਜਿਹਨੂੰ ਤੁਸੀਂ ਜਾਣਦੇ ਨਹੀਂ, ਅਤੇ ਉੱਤੋਂ ਉੱਤੋਂ ਪੁੱਛਦੇ ਭਾਅ ਜੀ ਚਾਹ ਪੀਓਗੇ? ਉੱਤੋਂ ਉੱਤੋਂ ਪੁੱਛਦੇ। ਜੇ ਤੁਸੀਂ ਸੱਚਮੁੱਚ ਪਛਾਣ ਲਓ ਵੀ ਇਹ ਮੇਰਾ ਫਲਾਣਾ ਦੋਸਤ ਆ, ਆਖ ਵਾਹਿਗੁਰੂ, ਅਤੇ ਤੁਸੀਂ ਬਾਂਹ 'ਚ ਬਾਂਹ ਪਾ ਕੇ, ਇਹ ਕਿਤਨਾ ਹੋ ਸਕਦਾ ਹੈ, ਚਾਹ ਤੋਂ ਬਿਨਾਂ ਤੁਸੀਂ ਕਿਤਨਾ ਜਾਓਗੇ? ਕਿਉਂਕਿ ਤੂੰ ਤੁਹਾਡਾ ਉਹਦੇ ਨਾਲ ਪ੍ਰੇਮ ਆ। ਸਾਹਿਬ ਗੁਰੂ ਗ੍ਰੰਥ ਸਾਹਿਬ ਨਾਲ ਮੇਰਿਓ ਵੀਰੋ, ਮੇਰੀਓ ਭੈਣੋ, ਪ੍ਰੇਮ ਕਰੋ, ਪਛਾਣੋ ਵੀ ਸਾਡਾ ਉਹ ਗੁਰੂ ਆ ਜਿਹਦੀ ਬਾਂਹ ਫੜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਗਏ, ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ। ਅੱਜ ਦੇ ਬਚਨ ਦੀ ਵਿਚਾਰ ਕਰੀਏ। ਆਖ ਵਾਹਿਗੁਰੂ, ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ, ਬੋਲੋ ਹਾਂ, ਨਿਸ ਦਿਨ ਨਿਸ ਦਿਨ ਦਾ ਮਤਲਬ ਰਾਤ ਦਿਨ, ਕਿੱਧਰ ਨੂੰ ਗੱਡੀਆਂ ਚੁੱਕੀਆਂ ਨੇ ਸਵੇਰੇ ਸਵੇਰੇ। ਬੜਿਆ ਬੜਿਆ ਧਾਰਮਿਕ ਬੰਦਿਆਂ ਨੇ ਜਿਹੜਾ ਆਪਣਾ ਧਰਮ ਛੱਡਿਆ ਕਾਹਦੇ ਲਈ? ਪੈਸੇ ਲਈ। ਆਖ ਵਾਹਿਗੁਰੂ, ਕੀ ਕਿਹਾ ਜੀ?
ਧਾਰਮਿਕ ਤੋਂ ਧਾਰਮਿਕ ਬੰਦੇ ਨੇ ਆਪਣਾ ਧਰਮ ਜਿਹੜਾ ਵੇਚਿਆ ਹੈ, ਮਰਿਆਦਾ ਵੇਚੀ ਆ, ਸਾਨੂੰ ਵੇਚਿਆ, ਪੰਥ ਨੂੰ ਵੇਚਿਆ, ਕਾਹਦੇ ਲਈ? ਪੈਸੇ ਲਈ। ਪ੍ਰਾਣੀ ਡੋਲਤ ਨੀਤ, ਹਰ ਬੰਦਾ ਨਿਤਾ ਪ੍ਰਤੀ ਡੋਲਦਾ ਹੈ, ਕਾਹਦੇ ਪਿੱਛੇ? ਨਿਸ ਦਿਨ ਮਾਇਆ ਕਾਰਨੇ ਪ੍ਰਾਣੀ ਡੋਲਤ ਨੀਤ, ਕੋਟਨ ਮੈਂ ਨਾਨਕ ਕਉ ਨਾਰਾਇਣ ਜੇ ਚੀਤ। ਕਰੋੜਾਂ ਵਿੱਚੋਂ ਕੋਈ ਗੁਰਦੁਆਰੇ ਜਿੰਨੇ ਆਉਂਦੇ ਆ ਲੋਕ, ਆਖੋ ਵਾਹਿਗੁਰੂ ਮੈਂ ਤੁਹਾਡੇ ਕੋਲੋਂ ਮਾਫ਼ੀ ਮੰਗ ਕੇ ਕਹਿੰਦਾ, ਕੋਈ ਪੁੱਤ ਦਾ ਭਲਾ, ਕੋਈ ਪੁੱਤ ਦੀ ਪੀ ਆਰ, ਕੋਈ ਨੂੰਹ, ਕੋਈ ਪੋਤਰਾ, ਕੋਈ ਦੋਤਰਾ ਮੰਗਣ ਆਏ ਨੇ ਸਾਰੇ, ਉਹਨੂੰ ਚੇਤੇ ਵਿੱਚ ਰੱਖ ਕੇ ਕੌਣ ਆਇਆ ਹੈ? ਕੋਟਨ ਮੈਂ ਨਾਨਕ ਕੋ, ਕਰੋੜਾਂ ਵਿੱਚੋਂ ਕੋਈ ਇੱਕ ਜਿਹੜਾ ਕਹਿੰਦਾ ਮੈਂ ਤੈਨੂੰ ਮਿਲਣ ਆਇਆ। ਆਖੋ ਵਾਹਿਗੁਰੂ ਕੀ ਮੈਂ ਬੋਲ ਦੋ, ਬਹੁਤ ਜਨਮ ਗਰੀਬ ਨਿਵਾਜ, ਬੜੇ ਜਨਮਾਂ ਤੋਂ ਵਿਛੜਿਆ ਸਾਂ, ਮੈਨੂੰ ਪਤਾ ਲੱਗਾ ਹੈ ਮੇਰਾ ਪ੍ਰੀਤਮ ਪਿਆਰਾ ਪ੍ਰਕਾਸ਼ਮਾਨ ਹੋ ਕੇ ਗੁਰਦੁਆਰੇ ਬੈਠਾ ਹੈ, ਸਵਾਹਿਮਾਨ ਆ। ਅੱਜ ਮੈਂ ਤੈਨੂੰ ਮੋਹੇ ਪਰਦੇਸਨ, ਬੜੀ ਦੂਰੋਂ ਜੁਨੀਆਂ ਕੱਟਦੀ ਕੱਢੀ ਤੀ, ਤੈਨੂੰ ਮਿਲਣ ਆਈ ਹਾਂ। ਪ੍ਰਭ ਮਿਲ ਬੇਕੋ ਪ੍ਰੀਤ ਮਨ ਲਾਗੀ, ਪ੍ਰਭ ਮਿਲ ਪ੍ਰੀਤ ਮਨ ਲਾਗੀ, ਪ੍ਰੀਤ ਮਨ ਲਾਗੀ, ਪ੍ਰੀਤ ਮਨ ਪ੍ਰਭ ਮਿਲ ਬੇਕੋ ਪ੍ਰੀਤ ਮਨ ਲਾਗੀ, ਪ੍ਰਭ ਉਹ ਜਿਹੜੇ ਇਹ ਗੀਤ ਗਾਉਣ ਵਾਲੇ ਨੇ ਬਹੁਤੇ ਨਹੀਂ, ਕੋਟਨ ਮੈਂ ਜਿਹੜਾ ਇਹਨੂੰ ਮਿਲਣ ਆਇਆ। ਕੋਈ ਬਾਬੇ ਫਰੀਦ ਵਰਗੀ ਆਦਮਾ, ਕਾਗਾ ਕਰਗਟ ਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੋ ਫਿਰ ਦੇਖਣ ਕੀ। ਸਾਰੇ ਕਹਿੰਦੇ ਅੱਖਾਂ ਨਾ ਖਰਾਬ ਹੋਣ, ਪੋਤਰਾ ਵੇਖੂੰਗਾ, ਦੋਤਰਾ ਵੇਖੂੰਗਾ। ਬਾਬਾ ਫਰੀਦ ਇੱਕ ਇੰਨੀ ਪਵਿੱਤਰ ਆਤਮਾ ਕਹਿੰਦੀ ਅੱਖਾਂ ਨਾ ਖਰਾਬ ਹੋਣ, ਮੇਰੀਆਂ ਅੱਖਾਂ ਨੂੰ ਬਚੀਆਂ ਰਹਿਣ ਦਿਓ, ਕਾਗਾ ਚੂੰਡ ਨਾ ਪਿੰਜਰਾ ਵਸੇ ਤਾਂ ਉੱਡਰ ਜਾਏ, ਜਿੱਤ ਪਿੰਜਰੇ ਮੇਰਾ ਸ਼ੋ ਵਸੇ, ਮਾਸ ਨਾ ਤਿੱਦੂ ਖਾਏ। ਕੋਈ ਜੀਵ ਆਤਮਾ ਹੁੰਦੀਆਂ, ਆਖੋ ਵਾਹਿਗੁਰੂ। ਕੋਟਨ ਮੈਂ ਨਾਨਕ ਕਉ ਨਾਰਾਇਣ ਜੇ ਚੀਤ, ਜੈਸੇ ਜਲ ਤੇ ਬੁੱਧ ਬਦਾ ਉਪਜੈ ਬਿਨ ਸੈਨੀਤ। ਬੁੱਧ ਬਦਾ ਮੀਨ ਆਹ ਕਿੰਨੇ ਕੀ ਨੇ ਸਾਰੇ ਜਿਹੜੇ ਬੈਠੇ, ਬੋਲ ਬਈ ਤੂੰ ਵੀ ਬੋਲ, ਲਾਲ ਛੱਟ ਕੋਲ ਕੀ ਆ? ਪਾਣੀ ਦੇ ਅਤੇ ਬੁਲਬੁਲੇ 'ਚ ਕੀ ਭਰੀ ਹੁੰਦੀ, ਸਾਡੇ 'ਚ ਕੀ ਭਰਿਆ? ਇਹ ਹਵਾ ਦੀ ਮਸ਼ੀਨਰੀ ਜੇ, ਆਖੋ ਵਾਹਿਗੁਰੂ। ਗੱਜ ਕੇ ਬੋਲੋ, ਪੈਟਰੋਲ ਛੱਡ ਕੇ ਅਤੇ ਹੁਣ ਬਿਜਲੀ ਦੀਆਂ ਗੱਡੀਆਂ ਬਣ ਡੈ ਪਈਆਂ ਜਿਹੜੀਆਂ ਬਿਜਲੀ ਨਾਲ ਚੱਲਣਗੀਆਂ। ਵਿਖਾਓ ਕੋਈ ਹਵਾ ਨਾਲ ਚਲਾ ਕੇ, ਆਹ ਚਲਾਈ ਜੇ ਗੁਰੂ ਨਾਨਕ ਨੇ, ਨਹੀਂ ਪਤਾ ਲੱਗਾ। ਗੱਡੀਆਂ ਚਲਾਤੀਆਂ ਕਾਹਦੇ ਨਾਲ? ਪਹਿਲਾਂ ਪੈਟਰੋਲ ਨਾਲ, ਹੁਣ ਕੋਈ ਹਵਾ ਨਾ ਚਲਾ ਕੇ ਵਿਖਾਏ, ਆ ਜੇ ਜੀਓ ਪਾਏ ਪਿੰਡ ਜਨ ਸਜਿਆ, ਇਹਨੂੰ ਚੰਗੀ ਤਰ੍ਹਾਂ ਸਾਜ ਕੇ ਅਤੇ ਇਹ ਚੱਲਣ ਕਾਹਦੇ ਨਾ ਰਹੀ ਹਵਾ ਨਾ। ਇਹ ਬੁਲਬੁਲਾ ਹੈ, ਅਸੀਂ ਜਿੰਨੇ ਹਾਂ, ਜੈਸੇ ਜਲ ਤੇ ਬੁਦਬੁਦਾ
ਉਪਜੈ ਬਿਨਸੇ ਨਿਤਾ ਪ੍ਰਤੀ ਬੁਲਬਲੇ ਬਣਦੇ ਰਹਿੰਦੇ ਅਤੇ ਬੁਲਬਲੇ ਸਮਾਉਂਦੇ ਰਹਿੰਦੇ, ਬੁਲਬਲੇ ਬਣਦੇ ਰਹਿੰਦੇ ਅਤੇ ਬੁਲਬਲੇ। ਮਗਰ ਤੁਸੀਂ ਗਹਿਰੀ ਅੱਖ ਨਾਲ ਜਿੱਦਣ ਕਦੀ ਵੇਖੋਗੇ, ਇਤਰਾਂ ਬੈਠੋ ਨਾ ਨੌਜਵਾਨ ਬੱਚੇ ਹੋ, ਜਦੋਂ ਗਹਿਰੀ ਅੱਖ ਨਾਲ ਵੇਖੋਗੇ ਦੋ ਚਾਰ ਮਿੰਟ ਲਈ, ਦੋ ਚਾਰ ਮਿੰਟ ਵੀ ਥੋੜ੍ਹੇ ਨੇ, ਕੁਛ ਸਕਿੰਟਾਂ ਲਈ ਬੁਲਬਲਾ ਬਣਦਾ ਹੈ ਅਤੇ ਜਦੋਂ ਸੂਰਜ ਦੀ ਉਹਦੇ 'ਤੇ ਕਿਰਨ ਪੈਂਦੀ ਹੈ ਨਾ ਅਤੇ ਕਈ ਰੰਗ ਵਿਖਾਉਂਦਾ ਜੇ, ਪਤਾ ਜੇ ਕਿ ਨਹੀਂ ਬੋਲੋ, ਪਤਾ ਜੀ ਨਹੀਂ ਨਹੀਂ ਪਤਾ ਲੱਗਾ। ਪਾਣੀ ਦੇ ਬੁਲਬਲੇ 'ਤੇ ਜਦੋਂ ਸੂਰਜ ਦੀ ਕਿਰਨ ਦੀ ਲਿਸ਼ਕ ਪੈਂਦੀ ਆ ਅਤੇ ਉਹਨੂੰ ਚੰਗੀ ਤਰ੍ਹਾਂ ਅੱਖਾਂ ਨਾਲ ਕਦੀ ਵੇਖਿਓ, ਕਈ ਰੰਗ ਜੇ ਉਹਦੇ 'ਤੇ। ਇਹਦੇ 'ਤੇ ਵੀ ਦੋ ਕੁ ਮਿੰਟ ਲਈ ਰੱਬ ਦੀ ਮਿਹਰ ਹੋਈ ਅਤੇ ਹਵਾ ਦਾ ਬੁਲਬਲਾ ਬਣਿਆ ਪਾਣੀ ਦਾ, ਅਤੇ ਇਹਨੇ ਜ਼ਿੰਦਗੀ 'ਚ ਕਦੀ ਹੱਸਿਆ, ਕਦੀ ਰੋਇਆ, ਕਦੀ ਟੱਪਿਆ, ਕਦੀ ਭੰਗੜੇ ਪਾਏ, ਕਦੀ ਵੈਨ ਪਾਏ, ਕਈ ਰੰਗ ਵਿਖਾਏ ਨੇ ਜ਼ਿੰਦਗੀ ਦੇ ਵਿੱਚ। ਆਖੋ ਵਾਹਿਗੁਰੂ। ਇਤਨਾ ਹੀ ਇਹ ਬੁਲਬੁਲਾ, ਜੈਸੇ ਜਲ ਤੇ ਬੁੱਧ ਬੁਧਾ ਉਪਜੈ ਬਿਨਸੇ ਨੀਤ, ਜਗ ਰਚਨਾ ਤੈਸੇ ਰਚੀ ਕਉ ਨਾਨਕ ਸੁਣ ਮੀਤ। ਮੇਰਾ ਬਾਬਾ ਨਾਨਕ ਨਾਵੇਂ ਜਾਮੇ 'ਚ ਕਹਿੰਦਾ, ਮੇਰਿਆ ਮਿੱਤਰਾ ਸੁਣ, ਇੱਕ ਬੁਲਬੁਲੇ ਤੋਂ ਵੱਧ ਤੇਰੀ ਔਕਾਤ ਕੋਈ ਨਹੀਂ। ਹਵਾ ਭਰੀ ਆ ਅਤੇ ਤੇਰੀ ਬਨਾਵਟ ਦਿਸ ਰਹੀ ਆ, ਹਵਾ ਨਿਕਲੂਗੀ ਜਿਉਂ ਜਲ ਮੇ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋ ਸਮਾਨਾ। ਜਿਸ ਤਰ੍ਹਾਂ ਪਾਣੀ 'ਚ ਪਾਣੀ ਰਲ ਕੇ ਹੋਂਦ ਖਤਮ ਹੋ ਗਈ, ਇਸ ਤਰ੍ਹਾਂ ਹੀ ਬਹੁਤੀ ਕੋਈ ਵੱਡੀ ਤੇਰੀ ਨਿੱਘੀ। ਇਤਨੇ ਕੋ ਤੁਮ ਕਿਆ ਗਰਬੋ, ਜੈਸੇ ਭਾਦੋ ਖੂਮ ਰਾਜ ਤੂੰ ਤਿਸ 'ਤੇ ਖਰੀ ਉਤਾਵਲੀ। ਇਹਦਾ ਮਤਲਬ ਤਾਂ ਨਹੀਂ ਆਉਂਦਾ ਨਾ ਤਰਨ, ਹਰਦਿਆਲ ਸੁਣੋ, ਖੁੰਭ ਨਿਕਲਦੀ ਖੁੰਭ, ਪਤਾ ਆ ਤੁਹਾਡੇ ਤੋਂ ਨੇ ਇੱਥੇ ਕੀ ਮਸ਼ਰੂਮ ਕਹਿੰਦੇ ਹੋ, ਖੁੰਭ ਮਿੱਟੀ 'ਚੋਂ ਨਿਕਲਦੀ ਅਤੇ ਇੱਕ ਮਿੰਟ ਲਈ ਨਿਕਲਦੀ ਅਤੇ ਉਸੇ ਘੜੀ ਕਾਲੀ ਹੋਣੀ ਸ਼ੁਰੂ ਹੋ ਜਾਂਦੀ। ਕਹਿੰਦੇ ਇੰਨੀ ਕੁ ਉਹਦੀ ਖੁੰਭ ਦੀ ਜ਼ਿੰਦਗੀ ਆ, ਮਗਰ ਤੂੰ ਤਾਂ ਉਹਦੇ ਤੋਂ, ਤੂੰ ਤਿਸ 'ਤੇ ਖਰੀ ਉਤਾਵਲੀ, ਤੂੰ ਤਾਂ ਉਹਦੇ ਤੋਂ ਵੀ ਕਾਲੀ ਹੈ, ਤੇਰਾ ਤਾਂ ਸਵਾਸ ਆਇਆ ਅਤੇ ਦੂਸਰਾ ਨਹੀਂ ਆਇਆ ਅਤੇ ਬਸ ਖਤਮ ਹੈ। ਉਹਦੀ ਤਾਂ ਕਿਤੇ ਦੋ ਮਿੰਟ ਲਈ ਜ਼ਿੰਦਗੀ ਹੋਊਗੀ ਖੁੰਭ ਦੀ। ਜੈਸੇ ਭਾਦੋ ਖੂਮ ਰਾਜ ਤੂੰ ਤਿਸ 'ਤੇ ਖਰੀ ਉਤਾਵਲੀ। ਆਪਣੀ ਹਿੰਮਤ ਨੂੰ, ਆਪਣੀ ਹੋਂਦ ਨੂੰ ਸਮਝੋ ਮੇਰੀਆਂ ਬੱਚੀਆਂ। ਇਹ ਜਿਹੜੀ ਜਵਾਨੀ ਹੈ ਤੁਹਾਡੀ, ਨੌਜਵਾਨਾਂ ਦੀ, ਯੁੱਗ ਯੁੱਗ ਜੀਓ। ਮੈਂ ਅਰਦਾਸ ਕਰਦਾ ਜਵਾਨੀਆਂ ਭੋਗੋ, ਨਸ਼ਿਆਂ ਤੋਂ ਬਚਿਓ। ਆਖੋ ਵਾਹਿਗੁਰੂ। ਆਪਣੇ ਘਰ ਨੂੰ ਕੋਈ ਅੱਗ ਨਹੀਂ ਲਾਉਂਦਾ, ਕਿ ਲਾਉਂਦਾ ਜੀ ਬੋਲੋ, ਕੋਈ ਵੇਖਿਆ ਜੇ ਕਦੀ? ਇਹ ਸਰੀਰ ਵੀ ਸਾਡਾ, ਕੋਈ ਨਸ਼ਾ ਸੇਵਨ ਕਰਨਾ ਸਮਝ ਲਓ ਆਪਣੇ ਘਰ ਨੂੰ ਅੱਗ ਲਾਉਣੀ ਆ। ਮੇਰੀਆਂ ਬੱਚੀਆਂ ਬਚੋ, ਸਮੇਂ ਦੀ ਬੜੀ ਤੀਬਰ ਸਪੀਡ ਦੇ ਨਾਲ ਲੋਕ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਆ ਅਤੇ ਨਸ਼ਿਆਂ ਨਾਲ ਆਪਣੇ ਡਿਪਰੈਸ਼ਨ ਨੂੰ ਰੋਕ ਰਹੇ ਨੇ, ਆਪਣੀਆਂ ਪਰੇਸ਼ਾਨੀਆਂ ਨੂੰ ਰੋਕ ਰਹੇ ਆ। ਰੱਬ ਦਾ ਨਾਮ ਜਪੋ, ਪ੍ਰਭ ਕੀ ਪ੍ਰੀਤ ਸਦਾ ਸੁੱਖ ਹੋਏ। ਬੋਲੋ, ਰੱਬ ਨਾਲ ਪਿਆਰ ਕਰੋ, ਸਦਾ ਸੁੱਖ ਮਿਲਣਗੇ, ਕੋਈ ਚਿੰਤਾ ਨਹੀਂ ਆਊਗੀ। ਸਤਿਗੁਰੂ ਜ਼ਿੰਦਗੀ 'ਚ ਚੜ੍ਹਦੀ ਕਲਾ ਬਖਸ਼ੂਗਾ। ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।